ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਸਾਡਾ ਪ੍ਰੋਗਰਾਮ ਵਿਲੱਖਣ ਰਹੇਗਾ, ਬਾਕੀ ਪ੍ਰੋਗਰਾਮਾਂ ਨਾਲੋਂ ਕਾਫੀ ਹਟਵਾਂ ਪ੍ਰੋਗਰਾਮ ਰਹੇਗਾ। ਜੇਕਰ ਤੁਹਾਨੂੰ ਪੰਜਾਬੀਅਤ ਦੇ ਨਾਲ ਮੋਹ ਹੈ, ਪੰਜਾਬੀ ਜ਼ੁਬਾਨ ਨੂੰ ਤੁਸੀਂ ਮੁਹੱਬਤ ਕਰਦੇ ਹੋ, ਤਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਡਾ ਵੇਖਣਾ ਜ਼ਰੂਰ ਬਣਦਾ, ਕਿਉਂਕਿ ਨਿਤ ਦਿਨ ਨਵੀਆਂ ਖੋਜਾਂ ਹੋ ਰਹੀਆਂ ਨੇ। ਸਾਇੰਸ ਦਾ ਯੁੱਗ ਹੈ, ਕੰਪਿਊਟਰ ਦਾ ਯੁੱਗ ਹੈ, ਟੈਕਨੋਲੋਜੀ ਦਾ ਯੁੱਗ ਹੈ, ਫਿਰ ਅਸੀਂ ਕਿਉਂ ਨਾ ਸਮੇਂ ਦੇ ਹਾਣੀ ਹੋਈਏ। ਬਹੁਤ ਸਾਰੀਆਂ ਯੂਨੀਵਰਸਿਟੀਆਂ ਦੁਨੀਆ ਦੇ ਉੱਤੇ ਇਸ ਵਕਤ ਵਿਕਸਿਤ ਹੋ ਰਹੀਆਂ ਨੇ ਅਤੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਉਹਨਾਂ ਵਿੱਚੋਂ ਜ਼ੁਬਾਨ ਦੇ ਨਾਂ 'ਤੇ, ਭਾਸ਼ਾ ਦੇ ਨਾਂ 'ਤੇ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ ਹੋਈ ਹੈ। ਜ਼ੁਬਾਨ ਲਈ ਉਹ ਕੀ ਕੁਝ ਕਰ ਰਹੀ ਹੈ ਅਤੇ ਅੱਜ ਤੱਕ ਕੀ ਕੀਤਾ, ਇਸ ਦੇ ਲਈ ਅਸੀਂ ਗੱਲਬਾਤ ਕਰਨ ਦੇ ਵਾਸਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਡਾਕਟਰ ਰਾਜਵਿੰਦਰ ਸਿੰਘ ਹੋਰਾਂ ਨੂੰ ਸੱਦਾ ਦਿੱਤਾ ਸੀ। ਸਾਡੇ ਸੱਦੇ ਨੂੰ ਕਬੂਲ ਕਰਦੇ ਹਾਂ, ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਪੁੱਜ ਚੁੱਕੇ ਨੇ। ਉਹਨਾਂ ਦੇ ਨਾਲ ਇੱਕ ਖਾਸ ਗੱਲਬਾਤ ਹੋਏਗੀ। ਡਾਕਟਰ ਸਾਹਿਬ ਕੈਨੇਡਾ ਦੀ ਫੇਰੀ 'ਤੇ ਆਏ ਸਨ, ਸਾਡੇ ਸੱਦੇ ਨੂੰ ਉਹਨਾਂ ਕਬੂਲਿਆ ਅਤੇ ਆਓ ਹੁਣ ਸਟੂਡੀਓ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਮੁਤਾਲਕ ਅਤੇ ਪੰਜਾਬੀ ਜ਼ੁਬਾਨ ਅਤੇ ਟੈਕਨੋਲੋਜੀ ਦੇ ਮੁਤਾਲਕ ਉਹਨਾਂ ਦੇ ਨਾਲ ਗੱਲਾਂ ਬਾਤਾਂ ਖੁੱਲ੍ਹੀਆਂ ਹੋਣਗੀਆਂ। ਡਾਕਟਰ ਸਾਹਿਬ ਜੀ, ਆਨ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਜਦੋਂ ਆਪਾਂ ਜ਼ੁਬਾਨ ਦੀ ਗੱਲ ਕਰਦੇ ਹਾਂ, ਖਾਸ ਕਰਕੇ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ, ਜ਼ੁਬਾਨ ਦੇ ਨਾਮ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ, ਵਿਕਸਿਤ ਹੋਈ, ਹੁਣ ਤਾਂ ਬੁਲੰਦੀਆਂ 'ਤੇ ਹੈ, ਪੰਜਾਬੀ ਲਈ ਕਿੰਨਾ ਕੁ ਕੰਮ ਕਰ ਰਹੀ ਹੈ? ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹਦਾ ਮੁੱਖ ਮੰਤਵ ਹੀ ਆ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਕਲਚਰ ਦੇ ਵਿਕਾਸ ਲਈ ਕੰਮ ਕਰਨਾ ਜੀ। ਉਸੇ ਮੁੱਖ ਮੰਤਵ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੱਖੋ ਵੱਖਰੇ ਵਿਭਾਗ ਨੇੜੇ ਉਹ ਕੰਮ ਕਰ ਰਹੇ ਨੇ ਜੀ। ਜਿਵੇਂ ਸਾਡਾ ਵਿਭਾਗ ਪੰਜਾਬੀ ਡਿਪਾਰਟਮੈਂਟ ਆ, ਇਸੇ ਤਰ੍ਹਾਂ ਹੀ ਕੁਝ ਹੋਰ ਵਿਭਾਗ ਨੇਗੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਮੰਤਵ ਦੀ ਪੂਰਤੀ ਲਈ ਕੰਮ ਕਰਦੇ ਨੇ ਜੀ। ਉਹਦੇ ਵਿੱਚੋਂ ਅਸੀਂ ਜਿਵੇਂ ਸੋਚਦੇ ਹਾਂ ਕਿ ਕਿਸੇ ਵੀ ਭਾਸ਼ਾ ਨੂੰ ਜੇਕਰ ਸਮੇਂ ਦੇ ਹਾਣ ਦਾ ਨਾ ਬਣਾਇਆ ਜਾਵੇ ਤਾਂ ਉਹਦੇ ਕੁਝ ਅੰਦਾਜ਼ੇ ਜਿਹੜੇ ਲਗਾਏ ਜਾਂਦੇ ਨੇ ਕਿ ਉਹ ਖਤਮ ਹੋ ਸਕਦੀ ਹੈਗੀ। ਉਸ ਨੂੰ ਲੈ ਕੇ ਅਸੀਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਕੁਝ ਉਪਰਾਲੇ ਕਰ ਰਹੇ ਜਾਂ ਪੰਜਾਬੀ ਨੂੰ ਵਰਤਣ ਸਮੇਂ ਜੋ ਕੰਪਿਊਟਰ 'ਤੇ ਕੁਝ ਸਮੱਸਿਆ ਆਉਂਦੀਆਂ ਸੀਗੀਆਂ, ਸਾਨੂੰ ਆਉਂਦੀਆਂ ਸੀ ਜਾਂ ਵਰਤੋਂ ਕਰਨ ਨੂੰ ਆਉਂਦੀਆਂ ਸੀ, ਉਹ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੇ ਸਲਿਊਸ਼ਨ ਦੇ ਲਈ, ਉਹਨਾਂ ਸਮੱਸਿਆਵਾਂ ਦੇ ਹੱਲ ਲਈ ਕੁਝ ਕੰਮ ਕਰ ਰਹੇ ਹਾਂਗੇ। ਜਾਂ ਸਮੇਂ ਦੇ ਟੈਕਨੋਲੋਜੀ ਦੇ ਹਾਣ ਦੇ ਕੁਝ ਸਾਨੂੰ ਨੀਡਸ ਸੀ, ਜ਼ਰੂਰਤਾਂ ਸੀਗੀਆਂ, ਉਹਨਾਂ ਨੂੰ ਵੀ ਅਸੀਂ ਧਿਆਨ 'ਚ ਰੱਖ ਦਿਆਂਗੇ। ਉਸ ਲਈ ਜਿਵੇਂ ਹੁਣ ਪੰਜਾਬੀ ਪੀਡੀਆ ਸੀ ਪ੍ਰੋਜੈਕਟ ਆਰੰਭਿਆ ਹੋਇਆ, ਪੰਜਾਬੀ ਪੀਡੀਆ .org ਵੈਬਸਾਈਟ ਹੈ ਸਾਡੀ। ਇਸੇ ਤਰ੍ਹਾਂ ਕੋਈ ਤਕਨੀਕੀ ਸਮੱਸਿਆਵਾਂ ਨੇ ਜਾਂ ਪੁਰਾਣੇ ਸਿਸਟਮ ਦੇ ਵਿੱਚ ਕੋਈ ਕੰਮ ਕਰ ਦਿਆਂਗੇ, ਲਾਈਕ ਜਿਸ ਤਰ੍ਹਾਂ ਅਸੀਂ ਨੌਨ ਯੂਨੀਕੋਡ ਸਿਸਟਮ 'ਚ ਕੰਮ ਕਰ ਦਿਆਂਗੇ, ਉਹਨੂੰ ਯੂਨੀਕੋਡ 'ਚ ਕਨਵਰਟ ਕਰਨ ਦੇ ਲਈ ਅਸੀਂ ਗੁਰਮੁਖੀ ਫੌਂਟ ਕਨਵਰਟਰ .com ਸਾਈਟ ਤਿਆਰ ਕੀਤੀ ਹੈਗੀ, ਉਹ ਸਾਡੀ ਵਰਕ ਕਰ ਰਹੀ ਹੈਗੀ। ਇਸੇ ਤਰ੍ਹਾਂ ਹੀ ਕੁਝ ਟੂਲਸ ਅਸੀਂ ਡਿਵੈਲਪ ਕੀਤੇ ਨੇ ਪੰਜਾਬੀ ਦੀ ਟਾਈਪਿੰਗ ਦੀਆਂ ਸਮੱਸਿਆਵਾਂ ਸੀ, ਉਹਨਾਂ ਨੂੰ ਲੈ ਕੇ ਉਹ ਪੰਜਾਬੀ ਐਪਸ .com ਸਾਡੀ ਇੱਕ ਵੈਬਸਾਈਟ ਚੱਲ ਰਹੀ ਆ, ਉਹਦੇ 'ਤੇ ਵਰਤੋਂ ਕਰ ਜਾ ਕੇ ਆਪਣੀ ਉਹ ਟੂਲ ਨੇ ਡਾਊਨਲੋਡ ਕਰ ਪ੍ਰੋਪਰ ਕੰਮ ਕਰ ਰਹੀਆਂ ਨੇ ਸਾਰੀ। ਬਿਲਕੁਲ ਬਿਲਕੁਲ, ਪੰਜਾਬੀ ਪੀਡੀਆ .org, ਗੁਰਮੁਖੀ ਫੌਂਟ ਕਨਵਰਟਰ .com, ਪੰਜਾਬੀ ਐਪਸ .com। ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਤੁਸੀਂ ਕਾਫੀ ਕੰਮ ਕਰ ਰਹੇ ਹੋ, ਜਿਹੜੀਆਂ ਜਿਹੜੀਆਂ ਤੁਹਾਨੂੰ ਉੱਥੇ ਤਕਲੀਫਾਂ ਲੋਕਾਂ ਨੂੰ ਆਉਂਦੀਆਂ ਸਨ, ਤੁਸੀਂ ਵਰਤੋਂ ਕਰ ਸੀ ਉਹਨਾਂ ਨੂੰ ਆਉਂਦੀਆਂ ਸਨ, ਉਹਨਾਂ ਨੂੰ ਹੌਲੀ 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 ਦੂਰ ਕਰ ਰਹੇ ਹੋ, ਇਹ ਕੰਮ ਆਰੰਭਿਆ ਤੁਸੀਂ ਕਦੋਂ ਸੀ ਜੀ? ਬਿਲਕੁਲ ਸਰ, ਜਿਵੇਂ ਕਿਹਾ ਜਾਂਦਾ ਹੈ ਕਿਹੜਾ ਲੋੜ ਆ ਉਹਦੇ ਅਨੁਸਾਰ ਹੀ ਅਸੀਂ ਲੋੜ ਕਾਢ ਦੀ ਮਾਂ, ਉਸੇ ਨੂੰ ਲੈ ਕੇ ਅਸੀਂ ਜਦੋਂ ਸ਼ੁਰੂ ਦੇ ਵਿੱਚ ਕੰਪਿਊਟਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਕਿਆ ਪਹਿਲਾਂ ਤਾਂ ਇਹ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਕੰਪਿਊਟਰ ਦਾ ਜਿਹੜਾ ਉਹ ਕੰਮ ਆ ਸਿਰਫ ਰੋਮਨ ਲਿਪੀ ਦੇ ਵਿੱਚ ਹੀ ਹੁੰਦਾ, ਪਰ ਲੋੜ ਪਈ ਖੇਤਰੀ ਭਾਸ਼ਾਵਾਂ ਦੀਆਂ ਲਿਪੀਆਂ ਵੀ ਕੰਪਿਊਟਰ 'ਤੇ ਉਵੇਂ ਹੀ ਆਈਆਂ ਜਿਵੇਂ ਰੋਮਨ ਆਈ ਹੈਗੀ, ਅਤੇ ਬਹੁਤ ਜਲਦੀ ਇਹ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਇਆ। ਇਹਦੇ ਆਉਣ ਨਾਲ ਤੁਹਾਨੂੰ ਪਤਾ ਹੀ ਆ ਪ੍ਰਿੰਟਿੰਗ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਆਈ ਹੈਗੀ, ਪਰ ਉਹ ਠੀਕ ਹੈ, ਇੱਕ ਤਾਂ ਅਸੀਂ ਲੋੜ ਦੇ ਅਨੁਸਾਰ ਜੋ ਸਿਸਟਮ ਸੀ ਉਹ ਡਿਵੈਲਪ ਕਰ ਲਿਆ, ਪਰ 1991 ਦੇ ਵਿੱਚ ਯੂਨੀਕੋਡ ਸਿਸਟਮ ਆ ਗਿਆ ਜੋ ਐਕਚੁਅਲੀ ਖੇਤਰੀ ਭਾਸ਼ਾਵਾਂ ਦੀਆਂ ਲਿਪੀਆਂ ਨੂੰ ਪੂਰੀ ਤਰ੍ਹਾਂ ਸਪੋਰਟ ਕਰਦਾ ਸੀ। ਪਰ ਉਸ ਟਾਈਮ ਤੱਕ ਬਹੁਤ ਸਾਰਾ ਕੰਮ ਸੀ ਜਿਹੜਾ ਉਹ ਪੁਰਾਣਾ, ਜਿਹੜਾ ਕਹਿੰਦੇ ਨੇ ਇੱਕ ਕਾਰਡ ਜਿਹੜੀ ਨਿੱਜੀ ਤੌਰ 'ਤੇ ਲੋਕਾਂ ਨੇ ਕੱਢੀ ਸੀ ਕੰਪਿਊਟਰ 'ਤੇ ਵਰਤਣ ਲਈ, ਉਹਨੂੰ ਅਸੀਂ ਨੌਨ ਯੂਨੀਕੋਡ ਸਿਸਟਮ ਕਹਿੰਦੇ ਹਾਂਗੇ। ਨੌਨ ਯੂਨੀਕੋਡ ਸਿਸਟਮ ਦੇ ਵਿੱਚ ਕੁਝ ਫੌਂਟ ਬਣਾ ਕੇ ਲੋਕਾਂ ਨੇ ਕੰਪਿਊਟਰ ਦੇ ਉੱਤੇ ਪੰਜਾਬੀ ਦੇ ਗੁਰਮੁਖੀ ਦੇ ਅੱਖਰ ਨੇੜੇ ਉਹ ਦਿਖਣ ਲਾ ਲਏ ਅਤੇ ਆਪਣਾ ਕੰਮ ਚੱਲ ਗਿਆ।
ਪਰ ਜਦੋਂ ਉਸ ਨੂੰ ਅਸੀਂ ਕੰਪਿਊਟਰ ਨੂੰ ਅੰਡਰਸਟੈਂਡ ਕਰਾਉਣਾ ਸੀ ਉਹ ਪੋਸੀਬਿਲਿਟੀ ਨਹੀਂ ਸੀ। ਉਹ 1991 ਕਾਫੀ ਦਿੱਕਤਾਂ ਸੀਗੀਆਂ, ਡਾਟੇ ਦਾ ਬਦਲ ਜਾਣਾ ਸੀਗਾ। ਐਕਚੁਅਲੀ ਉਹ ਡਾਟਾ ਰੋਮਨ ਲਿਪੀ ਦਾ ਸੀ, ਬੇਸਕ ਦੀ ਉਹ ਸ਼ਕਲ ਦੇ ਤੌਰ 'ਤੇ ਗੁਰਮੁਖੀ ਦੇ ਕਰੈਕਟਰ ਦੇਖਦੇ ਸੀਗੇ, ਪਰ ਐਕਚੁਅਲੀ ਬੈਕਗਰਾਊਂਡ 'ਤੇ ਉਹਦਾ ਜਿਹੜਾ ਕੋਡ ਸੀਗਾ ਉਹ ਸਕਾਈ ਕੋਡਿੰਗ ਦੇ ਵਿੱਚ ਰੋਮਨ ਲਿਪੀ ਵਾਲੇ ਕੰਮ ਕਰਦਾ ਸੀਗਾ। 1991 ਦੇ ਵਿੱਚ 1991 ਦੇ ਵਿੱਚ ਯੂਨੀਕੋਡ ਨਾਮ ਦੀ ਸੰਸਥਾ ਨੇ ਦੁਨੀਆ ਦੀਆਂ ਜਿੰਨੀਆਂ ਭਾਸ਼ਾਵਾਂ ਲਈ ਵਰਤੀਆਂ ਜਾਂਦੀਆਂ ਲਿਪੀਆਂ ਸੀਗੀਆਂ ਉਹਨਾਂ ਨੂੰ ਇੱਕ ਯੂਨੀਕ ਕੋਡ ਦੇ ਦਿੱਤਾ, ਹਰ ਚਿੰਨ੍ਹ ਨੂੰ, ਹਰ ਕਰੈਕਟਰ ਨੂੰ। ਅੱਛਾ ਜੀ। ਉਹਦੇ ਆਉਣ ਦੇ ਨਾਲ ਹਰ ਇੱਕ ਭਾਸ਼ਾ ਦੀ ਲਿਪੀ ਹੈ ਜਿਹੜੀ ਉਹ ਕੰਪਿਊਟਰ ਦੇ ਉੱਤੇ ਉਹ ਜਾਂ ਉਹਨੂੰ ਕੰਪਿਊਟਰ ਅੰਡਰਸਟੈਂਡ ਕਰਨ ਦੇ ਸਮਰੱਥ ਹੋ ਗਿਆ, ਪਰ ਉਹ ਜਿਹੜਾ ਸਾਰਾ ਸਿਸਟਮ ਸੀ ਬਹੁਤ ਪ੍ਰਫੁੱਲਤ ਨਹੀਂ ਹੋ ਸਕਿਆ, ਲੋਕਾਂ 'ਚ ਪ੍ਰਚਲਿਤ ਨਹੀਂ ਹੋ ਸਕਿਆ। ਉਹਦਾ ਕਈ ਕਾਰਨ ਸੀਗੇ, ਇੱਕ ਕਾਰਨ ਟਾਈਪਿੰਗ ਦੀ ਸਮੱਸਿਆ ਵੀ ਸੀ, ਦੂਸਰਾ ਕਾਰਨ ਅਵੇਅਰਨੈਸ ਵੀ ਨਹੀਂ ਸੀ। ਯੂਨੀਵਰਸਿਟੀ ਦਾ ਉੱਚਤਮ ਕੇਂਦਰ ਵੀ ਆ, ਉਹ ਵੀ ਬਹੁਤ ਕੰਮ ਕਰ ਰਿਹਾ ਹੈਗਾ। ਇਸੇ ਤਰ੍ਹਾਂ ਅਸੀਂ ਆਪਣੀ ਟੀਮ ਦੇ ਨਾਲ ਕੰਮ ਕਰ ਰਹੇ ਹਾਂ, ਮੇਰੇ ਨਾਲ ਪ੍ਰੋਫੈਸਰ ਚਰਨਜੀਵ ਨੇਗੇ ਯੂਕੋ ਡਿਪਾਰਟਮੈਂਟ ਦੇ ਵਿੱਚ, ਉਹ ਨਾਲ ਲੱਗੇ ਹੋਏ ਨੇ, ਬਾਕੀ ਹੋਰ ਸਾਡੀ ਕਾਫੀ ਵੱਡੀ ਟੀਮ ਹੈ ਜਿਹੜੀ ਇਸ ਕੰਮ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉਸ ਨੂੰ ਵਰਤਣ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ, ਸਮੱਸਿਆਵਾਂ ਆਉਂਦੀਆਂ ਸਨ। ਹਾਂਜੀ, ਤੁਸੀਂ ਫਿਰ ਕੀ ਉਪਰਾਲਾ? ਹਾਂ, ਜਿਸ ਤਰ੍ਹਾਂ ਨੌਨ ਯੂਨੀਕੋਡ ਸਿਸਟਮ ਦੀ ਸਮੱਸਿਆ ਪਹਿਲੀ ਇਹ ਸੀ, ਤੁਸੀਂ ਪੰਜ ਗੁਰਮੁਖੀ ਦਾ ਮਟੀਰੀਅਲ ਜੋ ਦੂਸਰੇ ਕੰਪਿਊਟਰ 'ਤੇ ਕਿਸੇ 'ਤੇ ਭੇਜਦੇ ਹੋ, ਪੜ੍ਹਨ ਯੋਗ ਨਹੀਂ ਰਹਿੰਦਾ ਸੀਗਾ। ਅੱਛਾ। ਅਸੀਂ ਉਹ ਸਾਰੇ ਮਟੀਰੀਅਲ ਨੂੰ ਨਵੇਂ ਸਿਸਟਮ ਦੇ ਵਿੱਚ ਲੈ ਕੇ ਆਉਣ ਨਾਲ ਲਈ ਗੁਰਮੁਖੀ ਫੌਂਟ ਕਨਵਰਟਰ .com ਸਾਈਟ ਤਿਆਰ ਕੀਤੀ, ਜਿਹਨੂੰ ਕੋਈ ਵੀ ਵਿਅਕਤੀ ਆਪਣੇ ਕੰਪਿਊਟਰ ਦੇ ਉੱਤੇ ਉਹਦੇ ਡੋਮੇਨ 'ਤੇ ਉੱਤੇ ਜਾ ਕੇ ਵਰਤ ਸਕਦਾ। ਅੱਛਾ। ਉਹਦੇ ਵਿੱਚ ਲਗਭਗ 165 ਫੌਂਟਾਂ ਨੂੰ ਸਪੋਰਟ ਕੀਤੀ ਗਈ ਆ। ਅੱਛਾ। ਪੁਰਾਣੇ ਸਿਸਟਮ 'ਚੋਂ ਨਵੇਂ 'ਚ ਕਨਵਰਟ ਕਰਕੇ ਲੈ ਕੇ ਆਉਣ ਦੇ। ਸਾਰਾ ਮੁਫਤ ਹੈ? ਇਹ ਸਾਰਾ ਮੁਫਤ ਚੱਲ ਰਿਹਾ ਗੁਰਮੁਖੀ ਫੌਂਟ ਕਨਵਰਟਰ .com ਸਾਈਟ। ਜਿੰਨੀਆਂ ਵੀ ਸਾਡੇ ਜਿਹੜੇ ਵੀ ਸਾਡੇ ਕੰਮ ਨੇ ਉਹ ਸਾਰੇ ਇਹ ਨੌਨ ਪ੍ਰੋਫਿਟੇਬਲ ਨੇ, ਉਹਦੇ 'ਚ ਕੋਈ ਵੀ ਉਹਦੇ 'ਚ। ਇਹ ਦੱਸਿਓ, ਯੂਨੀਵਰਸਿਟੀ ਦੇ ਵਿੱਚ ਤੁਸੀਂ ਜਦੋਂ ਸੀ, ਤੁਸੀਂ ਆਪਣੇ ਖੇਤਰ ਦੇ ਵਿੱਚ ਲਗਭਗ ਜਿਹੜਾ ਵੀ ਪ੍ਰੋਫੈਸਰ ਹੈ, ਕੋਈ ਸਹਾਇਕ ਪ੍ਰੋਫੈਸਰ ਹੈ, ਕੋਈ ਡਿਪਾਰਟਮੈਂਟ ਨੂੰ ਕਿਸੇ ਨੂੰ ਵੀ ਉਹ ਡੀਲ ਕਰਦਾ, ਉਹ ਆਪਣਾ ਕਰਦਾ ਕੰਮ ਅਤੇ ਕਰਨ ਨੂੰ ਮੁੜ ਜਾਂਦਾ, 5-7 ਘੰਟੇ ਜਿਹੜੇ ਪੜ੍ਹਾਉਣ ਦਾ ਜਿੰਮਾ ਆਉਂਦਾ ਉਹ ਕਰਦਾ ਅਤੇ ਵਾਪਸ ਮੁੜ ਜਾਂਦਾ, ਤੁਸੀਂ ਕਿਉਂ ਸੋਚਿਆ ਕਿ ਆਪਾਂ ਨੂੰ ਇਹ ਵੀ ਕੰਮ ਨਾਲ ਕਰਨਾ ਚਾਹੀਦਾ? ਵੈਸੇ ਤਾਂ ਮੇਰੇ ਜਿੰਨੇ ਕੁ ਕੰਟੈਕਟ ਨੇ, ਸਾਡੇ ਸਾਰੇ ਹੀ ਜਿੰਨੇ ਟੀਚਰ ਨੇ, ਕੋਈ ਨਾ ਕੋਈ ਕਿਸੇ ਨੇ ਕੋਈ ਰੁਝੇ ਉਹਨਾਂ ਨੇ ਜ਼ਰੂਰ ਲਿਆ ਹੋਇਆ ਹੈਗਾ ਯੂਨੀਵਰਸਿਟੀ ਦਾ, ਕਿਉਂਕਿ ਮਕਸਦ ਹੈ ਟੀਚਿੰਗ ਕਰਨਾ ਨਾ ਰਿਸਰਚ ਕਰਨੀ, ਅਤੇ ਲਗਭਗ ਸਾਰੇ ਕੋਈ ਆਪਣੇ ਵਿਸ਼ੇ 'ਚ ਹਰ ਇੱਕ ਬੰਦਾ ਲੱਗਾ ਟੀਚਰ ਲੱਗੇ ਹੋਏ ਨੇਗੇ। ਇਹ ਨਹੀਂ ਕਹਿ ਸਕਦੇ ਵੀ ਹਾਂ ਕੁਝ ਕੁ ਹੋ ਸਕਦੇ ਨੇ ਨਾ ਲੱਗੇ ਹੁਣ, ਪਰ ਤਕਰੀਬਨ ਜਿਹੜੇ ਦਿਖਦੇ ਨੇ ਮੈਨੂੰ ਲੱਗਦੇ ਨੇ, ਸ਼ਾਇਦ ਮੈਂ ਤਾਂ ਉਹਨਾਂ ਤੋਂ ਐਪਰੀਸ਼ੀਏਸ਼ਨ ਲੈ ਕੇ ਹੀ ਕੰਮ ਕਰ ਰਿਹਾ ਆਪਣੇ ਫੀਲਡ 'ਚ, ਕਿ ਬਾਕੀ ਵੀ ਲੱਗੇ ਹੋਏ ਨੇ ਆਪਾਂ ਆਪਣੇ ਸਬਜੈਕਟਾਂ ਦੇ ਨਾਲ ਜੁੜ ਕੇ ਆਪਣੇ ਫੀਲਡ ਦੇ ਵਿੱਚ ਲੱਗੇ ਹੋਏ ਨੇ, ਮੈਂ ਵੀ ਉਸੇ ਤਰ੍ਹਾਂ ਹੀ ਲੱਗਿਆ ਹੋਇਆ, ਸ਼ਾਇਦ ਸਾਨੂੰ ਇਸ ਤਰ੍ਹਾਂ ਦੇ ਲੋਕ ਜ਼ਿਆਦਾ ਦਿਖਦੇ ਨੇ ਉੱਥੇ। ਅੱਛਾ, ਅਤੇ ਇਹਦੇ ਲਈ ਹੱਲਾਸ਼ੇਰੀ, ਹੌਸਲਾ ਅਫਜ਼ਾਈ ਮਿਲੀ? ਬਹੁਤ ਜ਼ਿਆਦਾ ਹੱਲਾਸ਼ੇਰੀ ਮਿਲਦੀ ਹੈਗੀ, ਐਗਜ਼ਾਮਪਲ ਤੁਹਾਡੇ ਸਾਹਮਣੇ ਆ ਜੀ, ਅੱਜ ਦਾ ਬੈਠੇ ਹਾਂ ਇੱਥੇ ਤਾਂ ਇਸ ਕੰਮ ਨੂੰ ਕਰਨ ਕਰਕੇ ਹੀ ਬੈਠੇ ਹੈਗੇ। ਇਸ ਤੋਂ ਇਲਾਵਾ ਜਿਹੜੀ ਤੁਹਾਨੂੰ ਗੁਰਮੁਖੀ ਫੌਂਟ ਕਨਵਰਟਰ .com ਵੈਬਸਾਈਟ ਦੀ ਗੱਲ ਕਰ ਰਿਹਾ, ਇਸ ਵੈਬਸਾਈਟ ਨੂੰ ਅਸੀਂ ਕਿਤੇ ਫਾਰਮਲ ਲਾਂਚ ਨਹੀਂ ਕੀਤਾ। ਅੱਛਾ ਜੀ। ਇਹ ਵੈਬਸਾਈਟ ਅਸੀਂ ਕਈ ਸਾਲ ਪਹਿਲਾਂ 2009 ਦੇ ਸ਼ੁਰੂ ਕੀਤੀ ਸੀਗੀ, ਭਾਵੇਂ ਕਿ ਗੁਰਮੁਖੀ ਫੌਂਟ ਕਨਵਰਟਰ ਹੋਰ ਵੀ ਚੱਲ ਰਹੇ ਸੀ, ਆਫਲਾਈਨ ਸੀਗੇ, ਔਨਲਾਈਨ ਸੀ ਇਹ ਪਹਿਲਾਂ, ਅਸੀਂ ਸ਼ੁਰੂ ਕੀਤਾ। ਸ਼ੁਰੂ ਕਰਨ ਤੋਂ ਬਾਅਦ ਅਸੀਂ ਇਹਦੇ 'ਚ ਮੋਡੀਫਾਈ ਕਰਦੇ ਗਏ, ਅੱਜ ਵੀ ਅਸੀਂ ਇਹ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਵੈਬਸਾਈਟ 100% ਐਕੂਰੇਟ ਕੰਮ ਕਰਦੀ ਹੈ, ਪਰ ਉਹਦੇ 'ਚ ਹਾਲੇ ਹੋਰ ਮੋਡੀਫਿਕੇਸ਼ਨ ਦੀ ਲੋੜ ਆ, ਕਰਦੇ ਰਹਿੰਦੇ ਉਹ ਅਸੀਂ ਸਮੇਂ 'ਤੇ ਕਰਦੇ ਰਹਿੰਦੇ ਹੈਗੇ। ਅਤੇ ਇਹ ਸਾਈਟ ਦੇ ਉੱਤੇ ਹੁਣ ਤੱਕ 53,000 ਜਾਂ 58,000 ਦੇ ਕਰੀਬ ਲਗਭਗ ਇੰਨੇ ਕੁ ਰਜਿਸਟਰਡ ਮੈਂਬਰ ਸਾਡੇ ਇਹਦੇ ਜਿਹੜੇ ਨੂੰ ਵਰਤ ਰਹੇ ਨੇਗੇ, ਅਤੇ ਉਹ ਨਾਲ ਨਾਲ ਆਪਣੇ ਕੋਈ ਮੈਸੇਜ ਆ ਸਾਡੀ ਮੇਲ ਦੇ ਉੱਤੇ ਛੱਡਦੇ ਨੇ। ਉੱਥੇ ਅਸੀਂ ਇੱਕ ਬਲੌਗ ਵੀ ਬਣਾਇਆ ਹੋਇਆ, ਉਹ ਬਲੌਗ ਦੇ ਵਿੱਚ ਆਪਣੇ ਸਵਾਲ ਵੀ ਪਾਉਂਦੇ ਨੇ, ਅਤੇ ਅਸੀਂ ਸਮੇਂ ਦੇ ਅਨੁਸਾਰ ਉਹਨਾਂ ਨੂੰ ਜਵਾਬ ਦਿੰਦੇ ਹਾਂ। ਜੇ ਅਸੀਂ ਕਦੇ ਲੇਟ ਹੋ ਜਾਈਏ ਤਾਂ ਯੂਜ਼ਰ ਵੀ ਇੱਕ ਦੂਜੇ ਦਾ ਜਵਾਬ ਦੇ ਸਕਦੇ ਨੇ, ਕਿਸੇ ਨੂੰ ਉਹ ਸਮੱਸਿਆ ਬਾਰੇ, ਉਸ ਪ੍ਰੋਬਲਮ ਬਾਰੇ ਪਤਾ ਹੁੰਦਾ ਤਾਂ ਉਹ ਇੱਕ ਦੂਜੇ ਨਾਲ ਅਟੈਚ ਕਰਦੇ ਨੇ। 58,000 ਮੈਂਬਰ ਇੱਕ ਦੂਸਰੇ ਨਾਲ ਇੰਟਰਕੁਨੈਕਟ ਵੀ ਆ, ਬਿਲਕੁਲ ਇੰਟਰਕੁਨੈਕਟ ਵੀ ਆ, ਜੇ ਕੋਈ ਉੱਥੇ ਆ ਕੇ ਆਪਣਾ ਮੈਸੇਜ ਛੱਡਦਾ ਗਾ ਤਾਂ ਦੂਜੇ ਨੂੰ ਮੈਸੇਜ ਉਹਦਾ ਜਵਾਬ ਮਿਲਦਾ। ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਕਿ ਹੋਰ ਵੀ ਭਾਵੇਂ ਰਿਸਰਚ ਦੇ ਖੇਤਰ ਵਿੱਚ ਲਗਭਗ ਸਾਰੇ ਉੱਥੇ ਕੰਮ ਕਰ ਰਹੇ ਨੇ, ਪਰ ਇਹ ਕੋਈ ਛੋਟਾ ਕੰਮ ਨਹੀਂ ਸੀ, ਅਨੋਖਾ ਵੀ ਹੈ, ਸਮੇਂ ਦੇ ਹਾਣ ਦਾ, ਜ਼ਬਾਨ ਨੂੰ ਬਣਾਉਣ ਦਾ ਵੀ ਹੈ। ਇਹ ਤੁਹਾਨੂੰ ਕਿਸੇ ਨੇ ਕਿਹਾ ਜਾਂ ਆਪਣੇ ਆਪ ਸੋਚ ਆਈ ਜੀ? ਇਸ ਤਰ੍ਹਾਂ ਜੇ ਕਹਿੰਦੇ ਦਿਲ 'ਚ ਇੱਛਾ ਹੋਵੇ ਤਾਂ ਰਸਤੇ ਬਣਦੇ ਜਾਂਦੇ ਨੇਗੇ, ਇਹ ਤਾਂ ਇਸੇ ਤਰ੍ਹਾਂ ਹੀ ਕੋਈ ਸਬੱਬ ਬਣੇ। ਜਦੋਂ ਮੈਂ ਇਸ ਫੀਲਡ ਦੇ ਵਿੱਚ ਆਇਆ, ਮੈਂ MA ਪੰਜਾਬੀ ਕਰਨ ਲਈ ਆਇਆ, ਮੇਰੇ ਕੋਲ ਕੰਪਿਊਟਰ ਦੀ ਮੁਹਾਰਤ ਸੀਗੀ, ਉਦੋਂ ਮੈਨੂੰ ਨਹੀਂ ਸੀ ਲੱਗਦਾ ਮੈਂ ਇਹ ਇਸ ਤਰ੍ਹਾਂ ਦਾ ਕੰਬੀਨੇਸ਼ਨ ਕੋਈ ਬਣੇਗਾ ਜੀ। ਮੈਂ ਕਿਸੇ ਸੈਮੀਨਾਰ ਦੇ ਵਿੱਚ, ਕਾਨਫਰੰਸ ਦੇ ਵਿੱਚ, ਕਿਰਪਾਲ ਸਿੰਘ ਪੰਨੂ ਨੇ, ਉਹਨਾਂ ਨੇ ਸ਼ੁਰੂ ਦੇ ਵਿੱਚ ਇਸ ਫੀਲਡ ਦੇ ਵਿੱਚ ਕੰਮ ਕੀਤਾ, ਕੁਝ ਫੌਂਟ ਬਣਾਏ ਨੇ ਨੌਨ ਯੂਨੀਕੋਡ,
ਜਾਂ ਉਹ ਇਸ ਤਰ੍ਹਾਂ ਦੇ ਸੀਨੀਅਰ ਸਿਟੀਜ਼ਨ ਨੂੰ ਟ੍ਰੇਨਿੰਗ ਦਿੰਦੇ ਨੇ, ਉਹ ਮੈਨੂੰ ਉੱਥੇ ਮਿਲੇ। ਅੱਛਾ। ਉਹਨਾਂ ਨਾਲ ਗੱਲਬਾਤ ਹੋਈ, ਉਹ ਉਹਨਾਂ ਦਾ ਕੋਈ ਉਹਨਾਂ ਨੇ ਕੋਈ ਪ੍ਰੋਬਲਮ ਦੱਸੀ ਆ, ਉਹ ਪ੍ਰੋਬਲਮ ਦੇ ਨੂੰ ਲੈ ਕੇ ਡਿਸਕਸ ਹੋਈ, ਉਹ ਹੱਲ ਵੀ ਹੋਈ ਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੂੰ ਇਸ ਫੀਲਡ 'ਚ ਬਹੁਤ ਵਧੀਆ ਕੰਮ ਕਰ ਸਕਦਾ। ਬਾਕੀ ਸਾਡੇ ਮੇਰੇ ਟੀਚਰ ਸੀਗੇ ਡਿਪਾਰਟਮੈਂਟ ਦੇ, ਜਿਸ ਤਰ੍ਹਾਂ ਜਿਹਨਾਂ ਮੈਂ PhD ਕੀਤੀ ਆ, ਬਲਦੇਵ ਸਿੰਘ ਚੀਮਾ, ਅਤੇ ਉਹਨਾਂ ਨਾਲ ਉਹ ਵੀ ਮੈਨੂੰ ਐਪਰੀਸ਼ੀਏਟ ਕਰਦੇ ਰਹੇ। ਬਾਕੀ ਹੋਰ ਵਿਭਾਗ ਦੇ ਟੀਚਰ ਸੀਗੇ, ਡਾਕਟਰ ਰਜਿੰਦਰਪਾਲ ਬਰਾੜ। ਇਸ ਤਰ੍ਹਾਂ ਗੱਲਾਂ, ਅਸਲ ਵਿੱਚ ਕੁਝ ਸਮੱਸਿਆਵਾਂ ਸਾਡੇ ਕੋਲ ਪਈਆਂ ਜਿਨ੍ਹਾਂ ਨਾਲ ਅਸੀਂ ਜੂਝ ਰਹੇ ਸੀ ਪੰਜਾਬੀ ਵਾਲੇ। ਰੋਜ਼ ਦੋ ਚਾਰ ਹੁੰਦੇ ਸੀਗੇ। ਜਦੋਂ ਮੈਂ ਆਪਣਾ ਕੰਮ ਰਿਸਰਚ ਦਾ ਸ਼ੁਰੂ ਕੀਤਾ, PhD ਸ਼ੁਰੂ ਕੀਤੀ, ਮੈਂ ਵੀ ਉਹਨਾਂ ਸਮੱਸਿਆਵਾਂ ਨਾਲ ਜੂਝ ਰਿਹਾ ਸੀਗਾ। ਜੋ ਸਮੱਸਿਆਵਾਂ ਨਾਲ ਜੂਝਦੇ ਹੋਈਏ ਤਾਂ ਉਹਦੇ ਹੱਲ ਲਈ ਅਸੀਂ ਕੋਈ ਨਾ ਕੋਸ਼ਿਸ਼ਾਂ ਕਰ ਦਿਆਂਗੇ। ਉਹਨਾਂ ਕੋਸ਼ਿਸ਼ਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਅੱਗੇ ਅੱਗੇ ਚੱਲਦਾ ਗਿਆ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਜਿਹੜੀਆਂ ਸਮੱਸਿਆਵਾਂ ਨਾਲ ਤੁਸੀਂ ਦੋ ਚਾਰ ਹੁੰਦੇ ਸੀ, ਉਸ ਵਕਤ ਦੇ ਹੋਰ ਲੋਕ ਦੋ ਚਾਰ ਹੁੰਦੇ ਸੀ, ਉਹਨਾਂ ਨੂੰ ਨਜਿੱਠਣ ਦੇ ਵਾਸਤੇ ਤੁਸੀਂ ਤਹੀਆ ਕਰ ਲਿਆ ਕਿ ਮੈਂ ਇਹ ਹੱਲ ਕਰਕੇ ਰਹਿਣੀਆਂ ਨੇ, ਫਿਰ ਕਿੰਨੀ ਕੁ ਦੇਰ ਇਹ ਕੰਮ ਕਰਦੇ ਰਹੇ ਜੀ? ਲਗਾਤਾਰ ਹੁਣ ਚੱਲ ਰਿਹਾ ਸਾਡਾ ਕੰਮ, ਹਾਲੇ ਵੀ ਚੱਲ ਰਿਹਾ, ਅਤੇ ਮੈਨੂੰ ਲੱਗਦਾ ਰਹਿੰਦੀ ਉਮਰ ਤੱਕ ਇਹੀ ਕੰਮ ਚੱਲਣਾ ਹੈਗਾ। ਅਤੇ ਜਿੰਨੀ ਕੋਸ਼ਿਸ਼ ਹੁੰਦੀ ਹੈਗੀ, ਸਾਡੀ ਪੂਰੀ ਟੀਮ ਨਾਲ ਕੰਮ ਕਰ ਰਹੀ ਹੈਗੀ, ਹੋਰ ਅਸੀਂ ਸਟੂਡੈਂਟ ਵੀ ਤਿਆਰ ਕਰ ਰਹੇ ਹਾਂ ਜਿਹੜੇ ਇਸ ਫੀਲਡ ਦੇ ਵਿੱਚ ਕੰਮ ਕਰ ਸਕਦੇ ਨੇਗੇ। ਅਤੇ ਆਪਾਂ ਗੱਲ ਕਰ ਲਈਏ ਸਟੈਪ ਬਾਏ ਸਟੈਪ, ਜੋ ਕੁਝ ਕੁ ਸਮੱਸਿਆਵਾਂ ਸੀਗੀਆਂ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਸੀਗੀਆਂ। ਜਿਵੇਂ ਅੱਜ ਕੱਲ੍ਹ ਜ਼ਿਆਦਾਤਰ ਆਪਣਾ ਯੂਥ ਆ ਜਿਹੜਾ ਉਹ ਇੰਟਰਨੈਟ 'ਤੇ ਡਿਪੈਂਡੈਂਟ ਆ। ਈਵਨ ਕਿ ਅਸੀਂ ਵੀ ਕਾਨਫਰੰਸ ਸੈਮੀਨਾਰ 'ਚ ਜਾਂਦੇ ਸੀਗੇ, ਉੱਥੇ ਵਕਤ 'ਤੇ ਕਈ ਵਾਰੀ ਕਹਿੰਦੇ ਸੀ ਵੀ ਇੰਟਰਨੈਟ 'ਤੇ ਜੋ ਕੁਝ ਮਿਲਦਾ ਉਹ ਟਰੂ ਨਹੀਂ ਹੈਗਾ, ਉਹ ਸੱਚ ਨਹੀਂ, ਜਾਂ ਉਹ ਉਹਦੇ 'ਚ ਵਿਸ਼ਵਾਸ ਨਹੀਂ ਕੀਤਾ ਜਾਂਦਾ ਕਾਫੀ ਹੱਦ ਤੱਕ ਦਰੁਸਤ। ਹਾਂ, ਕਾਫੀ ਤੱਕ ਵਾਰੀ ਗੱਲ ਹੁੰਦੀ ਸੀਗੀ, ਪੰਜਾਬੀ ਨਾਲ ਵੀ ਇਸ ਤਰ੍ਹਾਂ ਹੀ, ਪੰਜਾਬੀ ਦਾ ਜੋ ਮਟੀਰੀਅਲ ਮਿਲਦਾ ਸੀਗਾ ਉਹ ਉਹਦੇ ਨਾਲ ਇਸ ਤਰ੍ਹਾਂ ਦੇ ਬਿਲਕੁਲ। ਐਗਜ਼ਾਮਪਲ ਦੇ ਤੌਰ 'ਤੇ ਕਿਸੇ ਸੈਮੀਨਾਰ ਦੇ ਵਿੱਚ ਕਿਸੇ ਵਕਤ ਵੱਲੋਂ ਕਿਹਾ ਗਿਆ ਕਿ ਜੋ ਗੂਗਲ ਪ੍ਰੋਵਾਈਡ ਕਰਾਉਂਦਾ ਉਹ ਸਹੀ ਨਹੀਂ ਕਰਾਉਂਦਾ। ਗੂਗਲ ਬਾਰੇ ਥੋੜ੍ਹੇ ਭਰਮ ਭੁਲੇਖੇ ਵੀ ਨੇ, ਗੂਗਲ ਆਪਣਾ ਮਟੀਰੀਅਲ ਕੋਈ ਨਹੀਂ ਉਹਦੇ ਕੋਲ ਹੈਗਾ, ਉਹ ਦੂਜੀਆਂ ਵੈਬਸਾਈਟਾਂ ਦੇ ਵਿੱਚੋਂ ਲਿਆ ਕੇ ਤੁਹਾਨੂੰ ਉਹ ਪ੍ਰੋਵਾਈਡ ਕਰਾਉਂਦਾ, ਪਰੋਸ ਦਿੰਦਾ ਹੈ। ਗੂਗਲ ਦਾ ਕੰਮ ਆ ਕੀਵਰਡ ਦੇ ਅਨੁਸਾਰ ਡਾਟਾ ਫਾਇੰਡ ਕਰਕੇ ਤੁਹਾਨੂੰ ਡਿਸਪਲੇ ਕਰਨਾ, ਔਰ ਉਹ ਡਿਸਪਲੇ ਕਿਹੜਾ ਕਰੇਗਾ, ਜੋ ਅਸੀਂ ਇੰਟਰਨੈਟ 'ਤੇ ਅਪਲੋਡ ਕੀਤਾ ਹੋਗਾ, ਜੋ ਫੀਡ ਕੀਤਾ ਹੋਏਗਾ, ਜੋ ਕਹਿ ਦੇਣਾ ਕੰਪਿਊਟਰ ਨੂੰ ਕੂੜਾ ਦਿਉਂਗੇ ਤਾਂ ਕੂੜਾ ਪ੍ਰਾਪਤ ਕਰੋਗੇ, ਜੇ ਕੋਈ ਚੰਗਾ ਦਿਉਂਗੇ ਤਾਂ ਚੰਗਾ ਪ੍ਰਾਪਤ ਕਰੋਗੇ। ਅਤੇ ਇਨਫੋਰਮੇਸ਼ਨ ਦਾ ਵੱਡਾ ਸੋਰਸ ਆ ਸਾਡੇ ਕੋਲ ਵਿਕੀਪੀਡੀਆ, ਗੂਗਲ ਜਾਂ ਗੂਗਲ ਦੀ ਬੜੀ ਸਮੱਸਿਆ ਜੀ, ਬਹੁਤ ਕੁਛ ਗਲਤ ਉਹਦੇ 'ਤੇ ਇਨਫੋਰਮੇਸ਼ਨ ਮਿਲਦੀ ਹੈ। ਹਾਂ, ਵਿਕੀਪੀਡੀਆ ਓਪਨ ਸੋਰਸ ਆ, ਕਾਫੀ ਕੰਮ ਉਹਦੇ 'ਤੇ ਹੋ ਰਿਹਾ ਹੈਗਾ, ਕਾਫੀ ਟੀਮਾਂ ਲੱਗੀਆਂ ਹੋਈਆਂ ਨੇਗੀਆਂ, ਬਹੁਤ ਸਾਰਾ ਸੁਧਾਰ ਉਹਦੇ 'ਚ ਵੀ ਹੋਣ ਦੀਆਂ ਸੰਭਾਵਨਾ, ਅਤੇ ਹੋ ਵੀ ਰਿਹਾ ਸੁਧਾਰ ਕਾਫੀ ਆ। ਅਤੇ ਅਸੀਂ ਕੁਝ ਕੰਮ ਵਿਕੀਪੀਡੀਆ ਲਈ ਵੀ ਕਰ ਰਹੇ ਹਾਂਗੇ, ਵਿਕਸਨਰੀ 'ਤੇ ਵੀ ਕੰਮ ਕਰ ਰਹੇ ਹਾਂ, ਸਾਡਾ ਉੱਥੇ ਚੱਲ ਰਿਹਾ ਹੈਗਾ। ਅੱਛਾ ਜੀ। ਅਤੇ ਇਸੇ ਤਰ੍ਹਾਂ ਅਸੀਂ ਇੱਕ ਸਾਈਟ 'ਚਾਹੁੰਦੇ ਸੀ ਪੰਜਾਬੀ ਦਾ ਮਟੀਰੀਅਲ ਜਾਂ ਪੰਜਾਬੀ ਦੀ ਸਮੱਗਰੀ ਹੋਵੇ। ਹਾਂ, ਪੰਜਾਬ ਉਹਦੀ ਗੱਲ ਕਰ ਰਿਹਾ, ਮੈਂ ਉੱਥੇ ਆ ਰਿਹਾ ਹੈਗਾ। ਜਦੋਂ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਦੀ ਕੋਈ ਇੱਕ ਵੈਬਸਾਈਟ ਪੋਰਟਲ ਹੋਵੇ ਜਿੱਥੇ ਪੰਜਾਬੀ ਦਾ ਜੋ ਵੀ ਉੱਥੇ ਸਮੱਗਰੀ ਹੋਵੇ ਉਹਦੇ 'ਤੇ ਕੋਈ ਵਿਸ਼ਵਾਸ ਕਰ ਸਕੇ, ਉਹਨੂੰ ਹਾਂ ਅਥੈਂਟਿਕ ਤੌਰ 'ਤੇ ਵਰਤ ਸਕੇ, ਉਹਨੂੰ ਐਜ ਏ ਰੈਫਰਡ ਮਟੀਰੀਅਲ ਵਜੋਂ ਯੂਜ਼ ਕਰ ਸਕੇ। ਅਤੇ ਉਹਦੇ ਲਈ ਅਸੀਂ PhDPDIA.org ਇੱਕ ਵੈਬਸਾਈਟ ਬਣਾਈ, ਜਿਹਦੇ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਹੁਤ ਮਦਦ ਕੀਤੀ। ਕਹਿਣ ਦਾ ਭਾਵ ਅਸੀਂ ਉਹਦੇ ਨਾਲ ਲੱਗ ਕੇ ਯੂਨੀਵਰਸਿਟੀ ਦਾ ਪ੍ਰੋਜੈਕਟ ਬਣ ਗਿਆ ਇੱਕ ਤਰ੍ਹਾਂ ਦਾ, ਪ੍ਰੋਜੈਕਟ ਹੈ ਜੀ, ਛੋਟਾ ਨਹੀਂ ਹੈ। ਹਾਂਜੀ ਹਾਂ, ਪੰਜਾਬੀ ਯੂਨੀਵਰਸਿਟੀ ਨੇ ਡਾਕਟਰ ਜਸਪਾਲ ਸਿੰਘ ਸਾਡੇ ਵਾਈਸ ਚਾਂਸਲਰ ਸੀਗੇ, ਉਹਨਾਂ ਨੇ ਸਪੋਰਟ ਕੀਤੀ। ਡਾਕਟਰ ਦੇਵਿੰਦਰ ਸਿੰਘ ਰਿਸ਼ਟਾਰ ਉਹ ਸਾਡੇ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਨੇ, ਮੈਂ ਕੋ ਕੋਆਰਡੀਨੇਟਰ ਹਾਂ। ਪ੍ਰੋਫੈਸਰ ਚਰਨਜੀਵ ਨੇਗੇ, ਉਹ ਵੀ ਕੋ ਕੋਆਰਡੀਨੇਟਰ ਦੇ ਤੌਰ 'ਤੇ ਨਾਲ ਕੰਮ ਕਰ ਰਹੇ ਨੇਗੇ। ਅਸੀਂ ਉਹਦੇ 'ਚ ਕੋਸ਼ਿਸ਼ ਕੀਤੀ ਕਿ ਉਹ ਮਟੀਰੀਅਲ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪਬਲਿਸ਼ ਫਾਰਮ ਦੇ ਵਿੱਚ ਪਿਆ ਸਾਡੇ ਕੋਲ, ਅਸੀਂ ਉਹਨੂੰ ਔਨਲਾਈਨ ਕਿਉਂ ਨਾ ਕਰੀਏ। ਅੱਛਾ, ਪਹਿਲਾਂ ਉਹ ਸੋਚਿਆ ਕਿ ਉਹ ਔਨਲਾਈਨ ਕਰ, ਉਹ ਔਨਲਾਈਨ ਕਰ ਦਿੱਤਾ ਜਾਵੇ, ਫਿਰ ਸੀ ਵੀ ਔਨਲਾਈਨ ਕਿੱਦਾਂ ਕੀਤਾ ਜਾਵੇ। ਬਹੁਤ ਸਾਰੀਆਂ ਸਾਈਟਾਂ ਦੇ ਉੱਤੇ PDF ਫਾਰਮ ਦੇ ਵਿੱਚ ਡਾਟਾ ਪਿਆ ਸੀ, ਹੁਣ ਵੀ ਪਿਆ, ਕਿਤਾਬਾਂ ਵੀ ਬਹੁਤ ਸਾਰੀਆਂ ਪਈਆਂ ਨੇਗੀਆਂ, ਪਰ ਉਹ ਯੂਜ਼ਰ ਦੀ ਪਹੁੰਚ ਦੇ ਵਿੱਚ ਨਹੀਂ ਸੀਗੀ। ਸਭ ਤੋਂ ਪਹਿਲਾਂ ਤਾਂ ਅਸੀਂ ਸੋਚਿਆ ਟੈਕਸਟ ਫਾਰਮ ਦੇ ਵਿੱਚ ਪਾਈਏ, ਤਾਂ ਕਿ ਅਸੀਂ ਡਾਟਾ ਵੀ ਚੜਾਉਂਦੇ ਰਹੀਏ ਅਤੇ ਗੂਗਲ ਦੇ ਦੁਆਰਾ ਯੂਜ਼ਰ ਅਪਰੋਚ ਵੀ ਕਰਦਾ ਰਹੇ ਸਾਡੀ ਵੈਬਸਾਈਟ ਦੇ ਉੱਤੇ। ਰੇਂਜੀ ਕੀਤਾ ਜੀ, ਅਸੀਂ ਉਸੇ ਤਰ੍ਹਾਂ ਹੀ ਉਹ ਕੀਤਾ। ਹੁਣ ਵੀ ਜੇ ਕੋਈ ਕੀਵਰਡ ਗੂਗਲ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਲਿਖਦਾ ਤਾਂ ਉਹ ਜੇ ਸਾਡੇ ਪੰਜਾਬੀ PDIA 'ਤੇ ਉਹ ਆਰਟੀਕਲ ਉਹ ਕੀਵਰਡ ਰਿਲੇਟਡ ਚੁੱਕ ਲੈਂਦਾ ਜੀ ਗੂਗਲ, ਹਾਂ ਸੰਬੰਧਿਤ ਹੁੰਦਾ, ਉਹ ਤਾਂ ਸਾਰਾ ਮਟੀਰੀਅਲ ਪੰਜਾਬੀ PDIA ਤੋਂ ਉਹ ਦਿਖਾਉਂਦਾ। ਉਸ ਤੋਂ ਇਲਾਵਾ PhDPDIA.org ਤੁਸੀਂ ਉਹਦੇ 'ਚ ਵੈਬ ਬਰਾਊਜ਼ਰ ਦੇ ਵਿੱਚ ਲਿਖੋ ਤਾਂ ਵੀ ਉਹ ਸਾਡੀ ਵੈਬਸਾਈਟ 'ਤੇ ਅੱਗੇ ਇਸ ਤਰ੍ਹਾਂ ਇੱਕ ਸਰਚ ਬਾਕਸ ਬਣਾਇਆ ਹੋਇਆ, ਉਹ ਸਰਚ ਬਾਕਸ ਦੇ ਵਿੱਚ ਤੁਸੀਂ ਕੋਈ ਵੀ ਕੀਵਰਡ ਪਾਉਣੇ ਹੋਗੇ, ਤੁਸੀਂ ਰੋਮਨ ਦੇ ਵਿੱਚ ਲਿਖੋ ਤਾਂ ਉਹ ਗੁਰਮੁਖੀ ਦੇ ਸੁਜੈਸ਼ਨ ਦੇ ਦਿੰਦਾ। ਅੱਛਾ, ਕਿ ਤੁਸੀਂ ਇਹ ਆਰਟੀਕਲ ਤਾਂ ਨਹੀਂ ਚਾਹੁੰਦੇ, ਤੁਸੀਂ ਉਸ ਆਰਟੀਕਲ 'ਤੇ ਸਿਲੈਕਟ ਕਰਕੇ ਅਤੇ ਉੱਥੇ ਜਾ ਕੇ ਉਹਨੂੰ ਪੜ੍ਹ ਸਕਦੇ ਹੋਗੇ।
ਇਸ ਤੋਂ ਇਲਾਵਾ ਕੁਝ ਸਾਡੇ ਕੋਲ ਜਦੋਂ ਅਸੀਂ ਰੋਮਨ ਸਰਚ ਕਰਦੇ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ। ਅੱਛਾ, ਕੀਬੋਰਡ ਸਾਡੇ ਕੋਲ ਹੁੰਦਾ, ਅਸੀਂ ਟਾਈਪ ਕਰਨਾ ਸ਼ੁਰੂ ਕੀਤਾ ਰੋਮਨ ਦੇ ਵਿੱਚ ਹੋ ਗਿਆ, ਪਰ ਗੁਰਮੁਖੀ ਦੇ ਵਿੱਚ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਨਹੀਂ। ਉਹਦੀਆਂ ਤੁਹਾਨੂੰ ਕੁਝ ਫੀਚਰਸ ਨੇ ਉਸ ਬਾਕਸ ਦੇ ਵਿੱਚ ਦੇਣੇ ਪੈਣਗੇ। ਅੱਛਾ ਜੀ। ਉਹਦੇ ਲਈ ਦੋ ਕੀਬੋਰਡ ਨੇ, ਇੱਕ ਫੋਨੈਟਿਕ, ਇੱਕ ਰਿਮਿੰਟਨ ਸਟਾਈਲ। ਫੋਨੈਟਿਕ ਉਹ ਆ ਜਿਹੜਾ ਪੀ ਤੋਂ ਪੱਪਾ, ਕੇ ਤੋਂ ਕੱਕਾ ਅਸੀਂ ਪਾ ਲੈਂਦੇ ਹਾਂ। ਅੱਛਾ। ਰਿਮਿੰਟਨ ਉਹ ਆ ਜਿਹੜੇ ਲੋਕ ਟਾਈਪਰਾਈਟਰ 'ਤੇ ਕੰਮ ਕਰਦੇ ਆਏ ਪਰ ਕੰਪਿਊਟਰ 'ਤੇ ਕੰਮ ਕਰ ਰਹੇ ਨੇਗੇ, ਉਹ ਸੁਵਿਧਾਵਾਂ ਵੀ ਉੱਥੇ ਦਿੱਤੀਆਂ ਅਤੇ ਤਾਂ ਕਿ ਯੂਜ਼ਰ ਟਾਈਪ ਈਜ਼ੀਲੀ ਕਰ ਸਕੇ, ਸੌਖਿਆ ਕਰ ਸਕੇ। ਇੱਕ ਲੇਆਊਟ ਹੋਰ ਹੈ ਇਨਸਕ੍ਰਿਪਟ। ਅੱਛਾ ਜੀ। ਜਿਹੜੀ ਹਰ ਕੰਪਿਊਟਰ ਦੇ ਵਿੱਚ ਉਹ ਕੀਬੋਰਡ ਯੂਨੀਕੋਡ ਦੀ ਟਾਈਪਿੰਗ ਲਈ ਹੁੰਦਾ, ਅਸੀਂ ਉਹਦੀ ਫੀਚਰ ਦਿੱਤਾ। ਜੇ ਉਹ ਵੀ ਯੂਜ਼ਰ ਨਹੀਂ ਵਰਤਣਾ ਆਉਂਦਾ ਤਾਂ ਔਨ ਸਕਰੀਨ ਕੀਬੋਰਡ ਵੀ ਉੱਥੇ ਅਸੀਂ ਦਿੱਤਾ ਹੋਇਆ ਕਿ ਉਹਦੇ ਨਾਲ ਟਾਈਪ ਕਰ ਸਕੇ। ਇਹਦਾ ਮਤਲਬ ਕੋਈ ਖੁੰਝੇ ਨਾ। ਹਾਂ, ਉਹ ਕੋਈ ਕਹੇ ਵੀ ਉੱਥੇ ਆਵੇ, ਕੋਈ ਸਾਡੀ ਕੋਸ਼ਿਸ਼ ਹੈ ਕਿ ਯੂਜ਼ਰ ਉੱਥੋਂ ਨਿਰਾਸ਼ ਨਾ ਮੁੜੇ ਅਤੇ ਉੱਥੇ ਕੁਝ ਨਾ ਕੁਝ ਆਪਣਾ ਜੋ ਸੰਬੰਧਿਤ ਮਟੀਰੀਅਲ ਉਹ ਫਾਇੰਡ ਕਰ ਲਵੇ। ਉਸ ਤੋਂ ਇਲਾਵਾ ਵੀ ਉੱਥੇ ਜਦੋਂ ਉਹਨੇ ਟਾਈਪ ਕਰਨਾ ਸ਼ੁਰੂ ਕੀਤਾ, ਜੇ ਉਹਨੂੰ ਲੱਗਦਾ ਸਪੈਲਿੰਗ ਦੀ ਪ੍ਰੋਬਲਮ ਆ, ਸ਼ਬਦ ਜੋੜਾਂ ਦੀ ਪ੍ਰੋਬਲਮ ਆ, ਉਹਨੂੰ ਸਿਹਾਰੀ ਦਾ ਨਹੀਂ ਪਤਾ, ਲਾਮ ਦਾ ਨਹੀਂ ਪਤਾ, ਤਾਂ ਉਹ ਬਿਨਾਂ ਮਾਤਰਾਵਾਂ ਤੋਂ ਉੱਥੇ ਆਪਣੇ ਕੀਬੋਰਡ ਟਾਈਪ ਕਰੇ। ਹਾਂ, ਜਿਵੇਂ ਉਹਨੇ ਚੰਡੀਗੜ੍ਹ ਲਿਖਣਾ, ਉਹ ਚੱਚਾ ਡੱਡਾ ਗੱਗਾ ਡਾੜਾ, ਇਹ ਚਾਰ ਕਰੈਕਟਰ ਪਾਏਗਾ ਅਤੇ ਉਹਦੇ 'ਚ ਆਪਸ਼ਨ ਦੇ ਦੇਗਾ, ਜਿੱਥੇ ਵੀ ਇਹਦਾ ਸੁਮੇਲ ਹੋਏਗਾ ਸਾਰੇ ਵਰਡਾਂ ਦਾ, ਉਹ ਚਾਹੇ ਮਿਡ ਦੇ ਵਿੱਚ ਹੋਵੇ ਕੀਬੋਰਡ, ਉਹਦੇ ਆਰਟੀਕਲ ਦੇ ਉਹਦੇ ਹੈਡਿੰਗ ਦੇ ਵਿੱਚ, ਚਾਹੇ ਅਖੀਰ 'ਚ ਹੋਵੇ ਉਹ ਵਾਲੇ ਆਰਟੀਕਲ ਉਹਨੂੰ ਡਿਸਪਲੇ ਕਰ ਦੇਗਾ। ਅਤੇ ਆਰਟੀਕਲ ਫਾਇੰਡ ਕਰ ਲਿਆ, ਉਹਨੂੰ ਕੰਟੀਨਿਊ ਜੋ ਪੜ੍ਹਨਾ ਸ਼ੁਰੂ ਕਰੇਗਾ, ਉਹਦੇ 'ਚ ਹਾਈਪਰ ਲਿੰਕਿੰਗ ਲੱਗ ਜਾਂਦੀ ਹੈਗੀ, ਜਿਹਦੇ ਉੱਤੇ ਜਿਹੜੇ ਜਿਹੜੇ ਆਰਟੀਕਲ ਪੰਜਾਬੀ ਪੀਡੀਆ ਦੀ ਵੈਬਸਾਈਟ 'ਤੇ ਪਏ ਨੇਗੇ, ਉਹ ਉੱਥੇ ਕਲਿੱਕ ਕਰੇਗਾ ਇੱਕ, ਅਤੇ ਨਾਲ ਦੀ ਨਾਲ ਉੱਥੇ ਦੂਜੇ ਆਰਟੀਕਲ ਦੇ ਵਿੱਚ ਜਾ ਸਕਦਾ, ਅਤੇ ਉਹਨੂੰ ਦੁਬਾਰਾ ਉੱਥੇ ਉਹਨੂੰ ਸਰਚ ਕਰਨ ਦੀ ਜ਼ਰੂਰਤ ਨਹੀਂ ਪਏਗੀ। ਫਿਰ ਨਾਲ ਨਾਲ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਕੈਟਾਗਰੀ, ਸਬ ਕੈਟਾਗਰੀ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਮੰਨ ਲਓ ਇੱਕ ਆਰਟੀਕਲ ਫਾਇੰਡ ਕਰ ਲਿਆ, ਉਹਦੇ 'ਚ ਉਹਨੇ ਪੰਜਾਬ ਬਾਰੇ ਆਰਟੀਕਲ ਲੱਭ ਲਿਆ, ਉਹਨੇ ਪੰਜਾਬ ਬਾਰੇ ਪੜ੍ਹ ਲਿਆ, ਪੰਜਾਬ ਦੇ ਨਾਲ ਕੰਸਰਨ ਹੋਰ ਕੁਝ ਕੈਟਾਗਰੀਜ਼ ਬਣਨਗੀਆਂ, ਤਾਂ ਉਹ ਸਾਈਡ ਦੇ ਉੱਤੇ ਲਿੰਕਿੰਗ ਦੇ ਵਿੱਚ ਹਾਈਲਾਈਟ ਹੋ ਜਾਣਗੀਆਂ। ਅੱਛਾ। ਜਾਂ ਕਿਸੇ ਨੇ ਐਗਜ਼ਾਮਪਲ ਦਾ ਕਾਵ ਰੂਪ ਕੋਈ ਲੱਭ ਲਿਆ, ਅਸ਼ਟਪਦੀ ਫਾਇੰਡ ਕਰ ਲਿਆ, ਅਸ਼ਟਪਦੀ ਵਿੱਚ ਹੋਰ ਵੀ ਬਹੁਤ ਸਾਰੇ ਕਾਵ ਰੂਪ ਨੇ, ਉਹ ਕਾਵ ਰੂਪ ਜਿਹੜੇ ਜਿਹੜੇ ਪੰਜਾਬੀ ਪੀਡੀਆ 'ਤੇ ਪਏ ਨੇ, ਜਿਨ੍ਹਾਂ ਦੀ ਜਾਣਕਾਰੀ ਪਈ ਆ, ਉਹ ਸਾਈਡ ਦੇ ਉੱਤੇ ਡਿਸਪਲੇ ਹੋ ਜਾਂਦੇ ਨੇਗੇ। ਅਤੇ ਇੱਕ ਤਾਂ ਇਹ ਹੋ ਗਿਆ, ਪੰਜਾਬੀ ਪੀਡੀਆ ਵੈਬਸਾਈਟ 'ਤੇ ਕੋਈ ਯੂਜ਼ਰ ਆ ਕੇ ਕਮੈਂਟ ਨਹੀਂ ਕਰ ਸਕਦਾ, ਅਸੀਂ ਥੋੜ੍ਹੇ ਜਿਹੇ ਰਿਸਟ੍ਰਿਕਟ ਹੋਇਆਂਗੇ। ਅੱਛਾ, ਇੱਕ ਮੈਨੂੰ ਦੱਸਿਓ ਹੁਣ, ਮੈਂ ਭੋਜਨਾ ਜਾਈਏ, ਮੈਂ ਤੁਹਾਨੂੰ ਵੀ ਨਹੀਂ, ਤੁਹਾਡੀ ਲੈਬ ਨਹੀਂ ਤੋੜਨੀ ਚਾਹੁੰਦਾ, ਜਿਵੇਂ ਵਿਕੀਪੀਡੀਆ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਲੋਕ ਆਪਣੇ ਆਪ ਕਰ ਲੈਂਦੇ ਆ। ਹਾਂਜੀ, ਇਹ 'ਚ ਵੀ ਹੁੰਦਾ ਜੇ ਨਹੀਂ, ਉਹਦੀ ਖੂਬਸੂਰਤੀ ਉਸੇ ਦੇ ਵਿੱਚ ਹੈਗੀ, ਚੇਂਜਸ ਕਰਦੇ ਨੇ, ਮੈਨੂੰ ਲੱਗਦਾ ਕਿਸੇ ਨੂੰ ਵੀ ਆਰਟੀਕਲ ਠੀਕ ਨਹੀਂ ਹੈਗਾ। ਵੈਸੇ ਹੁਣ ਤਾਂ ਐਡਮਨ ਦੇ ਤੌਰ 'ਤੇ ਉਹਦੀ ਕਾਫੀ ਮੋਨੀਟਿੰਗ ਹੋ ਰਹੀ ਆ ਵਿਕੀਪੀਡੀਆ ਦੀ ਵੀ, ਅਤੇ ਪਰ ਪੰਜਾਬੀ ਪੀਡੀਆ ਓਪਨ ਸੋਰਸ ਨਹੀਂ ਹੈਗਾ। ਅੱਛਾ, ਉੱਥੇ ਉਹ ਓਪਨ ਸੋਰਸ ਆ, ਤੁਸੀਂ ਕੋਈ ਵੀ ਮਟੀਰੀਅਲ ਤੁਸੀਂ ਆਪਣਾ ਪਾ ਸਕਦੇ ਹੋ, ਐਡਿਟ ਕਰ ਸਕਦੇ ਹੋ, ਉਹ 'ਚ ਕੋਈ ਸਮੱਸਿਆ ਨਹੀਂ ਹੈਗੀ, ਉਹਦੇ ਆਰਟੀਕਲ ਚੇਂਜ ਹੁੰਦੇ ਰਹਿੰਦੇ ਨੇਗੇ। ਇਸੇ ਕਰਕੇ ਵਿਕੀਪੀਡੀਆ ਨੂੰ ਤੁਸੀਂ ਆਪਣੇ ਕਿਸੇ ਰਿਸਰਚ ਪੇਪਰ ਦੇ ਵਿੱਚ ਐਜ਼ ਏ ਰੈਫਰਡ ਜਰਨਲ ਉਸ ਤਰ੍ਹਾਂ ਨਹੀਂ ਵਰਤ ਸਕਦੇ ਹੈਗੇ। ਅਤੇ ਪੰਜਾਬੀ ਪੀਡੀਆ ਦੇ ਉੱਤੇ ਡਾਟਾ ਨਹੀਂ ਚੇਂਜ ਕੀਤਾ ਜਾ ਸਕਦਾ, ਪਰ ਅਸੀਂ ਯੂਜ਼ਰ ਜੇ ਰਜਿਸਟਰਡ ਯੂਜ਼ਰ ਹੋ ਜਾਂਦਾ ਤਾਂ ਉਹ ਸਾਡੇ ਆਰਟੀਕਲ 'ਤੇ ਕਮੈਂਟ ਕਰ ਸਕਦਾ ਥੱਲੇ। ਅੱਛਾ, ਜੇ ਉਹਨੂੰ ਲੱਗਦਾ ਵੀ ਇਹਦੇ 'ਚ ਹੋਰ ਵਾਧਾ ਹੋਵੇ ਤਾਂ ਉਹ ਯੂਜ਼ਰ ਏਰੀਏ ਦੇ ਵਿੱਚ ਉੱਥੇ ਜਾ ਕੇ ਕਮੈਂਟ ਕਰ ਸਕਦਾ, ਸਾਨੂੰ ਸੁਜੈਸਟ ਕਰ ਸਕਦਾ, ਉਹ ਸਾਡੇ ਐਡਮਿਨ ਦੇ ਵਿੱਚ ਸਾਡੇ ਕੋਲ ਮੈਸੇਜ ਆ ਜਾਂਦਾ, ਅਸੀਂ ਚੈੱਕ ਕਰ ਦਿਆਂਗੇ, ਅਤੇ ਉਹ ਫਿਰ ਉਹ ਜਿਸ ਤਰ੍ਹਾਂ ਦੀ ਯੂਜ਼ਰ ਦੀ ਡਿਮਾਂਡ ਹੁੰਦੀ ਆ ਉਹਨੂੰ ਕੋਸ਼ਿਸ਼ ਕੀਤੀ ਜਾਂਦੀ ਆ ਉਹਨੂੰ ਚੇਂਜ ਕਰ ਦਿੱਤਾ ਜਾਵੇ। ਜੇ ਕੋਈ ਆਰਟੀਕਲ ਪੰਜਾਬੀ ਪੀਡੀਆ 'ਤੇ ਫਾਇੰਡ ਕੀਤਾ ਅਤੇ ਸਾਡੇ ਕੋਲ ਉਹ ਆਰਟੀਕਲ ਨਹੀਂ ਆਉਂਦਾ ਹੈ ਤਾਂ ਉਹ ਨੋਟ ਫਾਉਂਡ ਦਾ ਮੈਸੇਜ ਦਿੰਦਾ, ਅਤੇ ਨਾਲ ਨਾਲ ਸਾਡੇ ਕੋਲ ਅਲਰਟ ਆ ਜਾਂਦਾ ਕਿ ਇਹਨੂੰ ਬਹੁਤ ਫ੍ਰੀਕੁਐਂਟਲੀ ਯੂਜ਼ਰ ਨੇ ਜਿਹੜੇ ਫਾਇੰਡ ਕਰ ਰਹੇ ਨੇ। ਸਾਡੀ ਕੋਸ਼ਿਸ਼ ਹੁੰਦੀ ਆ ਫਿਰ ਉਹ ਐਕਸਪਰਟ ਨਾਲ ਸੰਪਰਕ ਕਰਕੇ ਉਹ ਜਿਹੜਾ ਮਟੀਰੀਅਲ ਆ ਉਹ ਪ੍ਰੋਡਿਊਸ ਕੀਤਾ ਜਾਵੇ। ਇਸ ਤਰ੍ਹਾਂ ਵੀ ਥੋੜ੍ਹਾ ਥੋੜ੍ਹਾ ਅਸੀਂ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਮੈਂ ਆਪਣਾ ਹੀ ਨਾਮ ਉੱਥੇ ਸਰਚ ਕੀਤਾ, ਮੈਂ ਉੱਥੇ ਦਵਿੰਦਰ ਬੈਨੀਪਾਲ ਪਾ ਰਿਹਾ, ਉਹ ਤੁਹਾਡੇ ਤੱਕ ਪਹੁੰਚਦਾ ਜੀ ਮੈਸੇਜ? ਉਹ ਪਹੁੰਚਦਾ, ਪਰ ਉਹ ਅਸੀਂ ਦੇਖਦੇ ਹਾਂ ਵੀ ਇਹ ਕੰਟੈਂਟ ਮਟੀਰੀਅਲ ਕੀ ਫਾਇੰਡ ਕਰ ਰਿਹਾ ਹੈਗਾ, ਇਹਦੀ ਕਿੰਨੀ ਕੁ ਇੰਪੋਰਟੈਂਸ ਹੈਗੀ, ਉਹ ਸਾਡੀ ਇੱਕ ਟੀਮ ਪਾਉਣਾ ਬਣਦਾ ਜਾਂ ਨਹੀਂ ਬਣਦਾ ਹੈਗਾ, ਜਾਂ ਸਪੈਸੀਫਿਕ ਕੋਈ ਮਤਲਬ ਕੋਈ ਲੱਭ ਰਿਹਾ ਚੰਡੀਗੜ੍ਹ ਬਾਰੇ ਜਾਣਨਾ ਚਾਹੁੰਦਾ, ਚੰਡੀਗੜ੍ਹ ਦਾ ਆਰਟੀਕਲ ਪੰਜਾਬੀ ਪੀਡੀਆ 'ਤੇ ਨਹੀਂ ਹੈਗਾ, ਤਾਂ ਅਸੀਂ ਦੇਖਾਂਗੇ ਵੀ ਹਾਂ ਇਹਦੀ ਜ਼ਰੂਰਤ ਹੈਗੀ ਆ, ਇਹ ਇਨਫੋਰਮੇਸ਼ਨ ਬਾਰੇ ਲੋਕ ਜਾਣਨਾ ਚਾਹੁੰਦੇ ਨੇਗੇ, ਅਤੇ ਅਸੀਂ ਕੋਸ਼ਿਸ਼ ਹੋਊਗੀ ਵੀ ਉਹਦੇ ਬਾਰੇ ਆਰਟੀਕਲ ਨੰਬਰ ਵੀ ਦੇਖਦੇ ਹੋ ਵੀ ਇਹਨੂੰ ਕਿੰਨੇ ਕੁ ਬੰਦੇ, ਹਾਂ ਫ੍ਰੀਕੁਐਂਸੀ ਦੇਖਦੇ ਹਾਂ ਵੀ ਕਿੰਨੇ ਲੋਕਾਂ ਨੇ ਇਹਨੂੰ ਫਾਇੰਡ ਕੀਤਾ। ਅੱਛਾ, ਜਿਹੜੇ ਟੌਪ ਮੋਸਟ ਹੁੰਦੇ ਨੇ ਉਹਨਾਂ ਨੂੰ ਅਸੀਂ ਪ੍ਰਾਇਓਰਟੀ ਦਿੰਦੇ ਹਾਂ, ਜਿਹੜੇ ਘੱਟ ਰੈਂਕਿੰਗ 'ਚ ਹੁੰਦੀ ਆ ਉਹਨੂੰ ਅਸੀਂ ਥੋੜ੍ਹਾ ਡਿਲੇ ਵੀ ਕਰ ਦਿੰਦੇ ਹੈਗੇ। ਹੁਣ ਜਿੰਨੇ ਹੁਣ ਤੱਕ ਪਾਏ ਹੋਏ ਨੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਵੀ ਨੇ, ਕਿਉਂਕਿ ਪਹਿਲਾਂ ਤਾਂ ਤੁਸੀਂ ਦੱਸੋ ਕਿ ਕਾਵ ਰੂਪ ਤੁਹਾਡੇ ਕੋਲ ਪਿਆ ਸੀ, ਜੋ ਵੀ ਪਿਆ ਸੀ ਪੰਜਾਬੀ ਉਸਨੇ ਪ੍ਰਕਾਸ਼ਿਤ ਕੀਤਾ ਹੋਇਆ ਸੀ, ਪ੍ਰਾਇਓਰਟੀ ਉਹ ਸੀ ਕਿ ਉਹ ਚੁੱਕ ਕੇ ਪਾ ਦਈਏ ਆਪਣੇ ਕੋਲ, ਪਤਾ ਪਏ ਹੈ। ਬਿਲਕੁਲ। ਪਰ ਹੋ ਸਕਦਾ ਕੋਈ ਦਵਿੰਦਰ ਸਤਿਆਰਥੀ ਨੂੰ ਲੱਭ ਰਿਹਾ, ਕੋਈ ਸ਼ਿਵ ਕੁਮਾਰ ਬਟਾਲਵੀ ਨੂੰ ਲੱਭ ਰਿਹਾ, ਕੋਈ ਜਦੋਂ ਤੁਹਾਨੂੰ
ਜਦੋਂ ਕੋਈ ਕੇਜਰੀਵਾਲ ਨੂੰ ਲੱਭ ਰਿਹਾ, ਕੋਈ ਮੋਦੀ ਨੂੰ ਲੱਭ ਰਿਹਾ, ਫਿਰ ਤੁਸੀਂ ਇਹਨਾਂ 'ਤੇ ਗੌਰ ਕਰਦੇ ਹੋ ਜੀ ਛੇਤੀ? ਇਹਨਾਂ 'ਤੇ ਫਿਲਹਾਲ ਸਾਡਾ ਕੋਸ਼ਿਸ਼ ਹੁੰਦੀ ਹੈ ਵੀ ਗੌਰ ਕਰ ਲਿਆ ਜਾਵੇ, ਪਰ ਕਈ ਵਾਰੀ ਡਿਲੇਅ ਵੀ ਹੋ ਜਾਂਦਾ ਗਾ, ਹੋਰ ਕਈ ਟੈਕਨੀਕਲ ਸਮੱਸਿਆ ਆਉਂਦੀਆਂ ਨੇ, ਉੱਧਰ ਕੰਮ ਲੱਗੇ ਹੁੰਦੇ ਹੈਗੇ, ਪਰ ਕੋਸ਼ਿਸ਼ ਆ ਵੀ ਜਿਹੜੇ ਆਰਟੀਕਲ ਲੱਭੇ ਕੋਈ ਤਾਂ ਉਸ ਅਸੀਂ ਉਹਦੇ 'ਤੇ ਪ੍ਰੋਵਾਈਡ ਕਰਾ। ਜਿਵੇਂ ਸ਼ਿਵ ਕੁਮਾਰ ਦੀ ਗੱਲ ਕਰੀ ਆ ਜੀ, ਲਗਭਗ ਪੰਜਾਬੀ ਦੇ ਜਿਹੜੇ ਰਾਈਟਰ ਹੋਏ ਨੇ ਉਹ ਸਾਰੇ ਉੱਥੇ ਕਵਰ ਅਪ ਹੋ ਚੁੱਕੇ ਨੇਗੇ। ਅੱਛਾ, ਜਦੋਂ ਸਾਨੂੰ ਲੱਗਦਾ ਵੀ ਇਹ ਰਾਈਟਰ ਬਾਰੇ ਇਨਫੋਰਮੇਸ਼ਨ ਜਾਂ ਇਸ ਵਿਸ਼ੇਸ਼ ਸਮੱਗਰੀ ਬਾਰੇ ਜਾਣਕਾਰੀ ਇੱਥੇ ਹੋਣੀ ਚਾਹੀਦੀ ਹੈ, ਵਿਸ਼ੇਸ਼ ਕੀਬੋਰਡ ਬਾਰੇ, ਤਾਂ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਉਹ ਤਿਆਰ ਕਰਕੇ ਉੱਥੇ ਜਲਦੀ ਤੋਂ ਜਲਦੀ ਪਾਇਆ ਜਾਵੇ। ਪਰ ਜੇਕਰ ਕਿਸੇ ਵਿਅਕਤੀ ਨੇ, ਮੰਨ ਲਓ ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੀ ਆਪਾਂ ਗੱਲ ਕਰਦੇ ਹਾਂ ਕਿ ਉਸ ਦੇ ਬਾਬਤ ਪਹਿਲਾਂ ਉੱਥੇ ਮਟੀਰੀਅਲ ਨਹੀਂ ਮਿਲਿਆ, ਉਸ ਵਿਅਕਤੀ ਨੇ ਲੱਭਿਆ, ਉਹਨੂੰ ਉੱਥੇ ਨਹੀਂ ਮਿਲਿਆ, ਉਹਦੇ ਕੋਲ ਪੁਖਤਾ ਰੂਪ ਦੇ ਵਿੱਚ ਉਸਦੇ ਕੋਲ ਜਾਣਕਾਰੀ ਹੈ, ਪਰ ਉਹ ਤੁਹਾਡਾ ਰਜਿਸਟਰਡ ਮੈਂਬਰ ਨਹੀਂ ਹੈ, ਬਿਲਕੁਲ ਉਹ ਤੁਹਾਡੇ ਤੱਕ ਪੁੱਜਦੀ ਕਰ ਸਕਦਾ? ਹਾਂ, ਉਹ ਪੁੱਜਦੀ ਕਰ ਸਕਦਾ। ਜਿਵੇਂ ਹੁਣ ਵੀ ਮੈਂ ਇੱਥੇ ਆਇਆ ਸੀਗਾ, ਕਈ ਰਾਈਟਰਸ ਨੂੰ ਮਿਲਿਆ, ਕੋਈ ਆਰਟਿਸਟ ਨੂੰ ਮਿਲਿਆ, ਮੈਂ ਉਹਨਾਂ ਨੂੰ ਆਪ ਪਰਸਨ ਰਿਕੁਐਸਟ ਵੀ ਕੀਤੀ ਆ ਵੀ ਤੁਸੀਂ ਆਪਣੇ ਬਾਰੇ ਮੈਨੂੰ ਇੱਕ ਲਿਖ ਕੇ ਭੇਜੋ ਅਤੇ ਤਾਂ ਕਿ ਅਸੀਂ ਪੰਜਾਬੀ ਪੀਡੀਆ 'ਤੇ ਪਾ ਸਕੀਏ। ਬਹੁਤ ਸਾਰੀਆਂ ਈਮੇਲਸ ਵੀ ਆਉਂਦੀਆਂ ਨੇ, ਜਿਹੜੇ ਸਾਡੇ ਰਿਸਰਚ ਸਕਾਲਰ ਨੇ ਉਹ ਵੀ ਸਾਨੂੰ ਐਂਟਰੀ ਭੇਜ ਦਿੰਦੇ ਨੇ, ਉਹ ਵੀ ਸਰਚ ਕਰਦੇ ਨੇ, ਜੇ ਉਹਨਾਂ ਨੂੰ ਕੋਈ ਨਹੀਂ ਮਟੀਰੀਅਲ ਮਿਲਦਾ ਉਹ ਅਸੀਂ ਫਿਰ ਉਹ ਅਪਲੋਡ ਕਰ ਦਿੰਦੇ ਹੈਗੇ। ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਇਹ ਵੀ ਆ ਕਿ ਕੁਝ ਰਜਿਸਟਰਡ ਜਿਹੜੇ ਐਡਮਨ ਨੇ ਉਹ ਬਣਾਈਏ, ਉਹ ਆਪੋ ਆਪਣੇ ਤੌਰ 'ਤੇ ਉੱਥੇ ਕੰਮ ਕਰਨ ਅਤੇ ਸਾਡੀ ਟੀਮ ਉੱਥੇ ਮੋਨੀਟਰ ਕਰੇ, ਉਹਨੂੰ ਚੈੱਕ ਕਰੇ, ਚੈੱਕ ਕਰਨ ਤੋਂ ਬਾਅਦ ਉਹ ਪੰਜਾਬੀ ਪੀਡੀਆ 'ਤੇ ਡਾਟਾ ਜਿਹੜਾ ਉਹ ਪਬਲਿਸ਼ ਕੀਤਾ ਜਾਵੇ। ਥੋੜ੍ਹਾ ਜਿਹਾ ਇੱਕ ਐਫਰਟ ਅਸੀਂ ਇਨ ਫਿਊਚਰ ਇਹ ਕਰਨਾ ਚਾਹੁੰਦੇ ਹਾਂ। ਡਾਕਟਰ ਸਾਹਿਬ, ਆਪਾਂ ਗੱਲਬਾਤ ਕਰ ਰਹੇ ਸੀ ਪੰਜਾਬੀ ਪੀਡੀਆ 'ਤੇ, ਹੁਣ ਤੁਸੀਂ ਪੰਜਾਬੀ ਫੌਂਟ ਦੀ ਵੀ ਗੱਲਬਾਤ ਕੀਤੀ ਸੀ, ਕੋਈ ਇਸ ਤਰ੍ਹਾਂ ਦੇ ਨੰਬਰ ਵੀ ਤੁਹਾਡੇ ਕੋਲ ਮਿਲਦੇ ਹੈ ਕਿ ਪਹਿਲਾਂ ਲੋਕ ਬਹੁਤ ਘੱਟ ਯੂਜ਼ਰ ਸਨ, ਉਹ ਕਿਸੇ ਹੋਰ ਜ਼ਬਾਨ ਦੇ ਵਿੱਚ, ਰੋਮਨ ਦੇ ਵਿੱਚ, ਇੰਗਲਿਸ਼ ਦੇ ਵਿੱਚ ਟਾਈਪ ਕਰਦੇ ਰਹਿੰਦੇ ਸੀ, ਪਰ ਪੰਜਾਬੀ ਜ਼ਬਾਨ ਤੋਂ ਦੂਰ ਰਹਿੰਦੇ ਸੀ, ਉਹਨੂੰ ਪਤਾ ਸੀ ਕਿ ਇਸ ਦੇ ਵਿੱਚ ਆਪਾਂ ਟਾਈਪ ਨਹੀਂ ਕਰ ਸਕਦੇ, ਗਿਣਤੀ ਵਧੀ ਹੈ ਘਟੀ ਹੈ, ਕੋਈ ਇਸ ਤਰ੍ਹਾਂ ਦਾ ਲੇਖਾ ਜੋਖਾ ਮਿਲਦਾ ਜੀ? ਇਸ ਤਰ੍ਹਾਂ ਦਾ ਲੇਖਾ ਜੋਖਾ ਵਾਲੇ ਹਲੇ ਅਸੀਂ ਕੋਈ ਧਿਆਨ ਨਹੀਂ ਦਿੱਤਾ ਹੈਗਾ ਵੀ ਫਰੈਂਕਲੀ, ਪਰ ਸਾਡੇ ਕੋਲ ਸਮੱਸਿਆਵਾਂ ਜ਼ਰੂਰ ਆਉਂਦੀਆਂ ਨੇ, ਈਮੇਲ ਦੇ ਥਰੂ ਆਉਂਦੀਆਂ ਨੇਗੀਆਂ, ਸਾਡੇ ਇਸ ਤਰ੍ਹਾਂ ਕੰਟੈਕਟ ਜੇ ਕੋਈ ਆਉਂਦਾ ਉਹ ਆਪਣੀ ਸਮੱਸਿਆ ਲੈ ਕੇ ਆਉਂਦਾ, ਸੰਪਰਕ ਕਰ ਲੈਂਦੇ ਨੇ ਕਿਸੇ ਨਾ ਕਿਸੇ ਮੋੜ ਦੇ ਦੁਆਰਾ ਕਿ ਸਾਡੀ ਸਮੱਸਿਆ, ਉਹ ਅਸੀਂ ਫਿਰ ਦੇਖਦੇ ਹਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਸਮੱਸਿਆ, ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਹੱਲ ਲਈ। ਵੈਸੇ ਤਕਰੀਬਨ ਬਹੁਤ ਛੋਟੇ ਛੋਟੇ ਲੈਵਲ ਦੀਆਂ ਹਾਲੇ ਸਮੱਸਿਆਵਾਂ ਨੇ ਸਾਡੀਆਂ ਜਿਨ੍ਹਾਂ 'ਚੋਂ ਅਸੀਂ ਲੰਘ ਰਹਾਂਗੇ। ਅਤੇ ਜੇ ਐਗਜ਼ਾਮਪਲ ਦੇ ਤੌਰ 'ਤੇ ਕੋਈ ਆਇਆ ਸਾਡੇ ਕੋਲ ਵੀ ਅਸੀਂ ਪੁਰਾਣੇ ਫੌਂਟ ਦੇ ਵਿੱਚ ਕੰਮ ਕੀਤਾ ਹੋਇਆ, ਇਹ ਫੌਂਟ ਜਿਹੜਾ ਪੜ੍ਹਨ ਯੋਗ ਨਹੀਂ ਰਹਿੰਦਾ, ਅਸੀਂ ਕਿਹੜੇ ਫੌਂਟ ਦੇ ਵਿੱਚ ਕੰਮ ਕਰੀਏ, ਇੱਕ ਬੜਾ ਵੱਡਾ ਇਸ਼ੂ ਆ ਹੁਣ ਇਸ ਟਾਈਮ ਜਿਹੜਾ ਚੱਲ ਰਿਹਾ ਹੈਗਾ, ਉਹ ਜਿਵੇਂ ਟਾਈਪਿੰਗ ਦੀ ਸਮੱਸਿਆ ਨਾਲ ਅਸੀਂ ਹਾਲੇ ਅਸੀਂ ਮੁੱਢਲੇ ਤੌਰ 'ਤੇ ਜੂਝ ਰਹਾਂਗੇ, ਇਹ ਵੀ ਕਹਿ ਸਕਦੇ ਹਾਂਗੇ। ਜਿਹੜੇ ਅਸੀਂ ਕੰਪਿਊਟਰ ਤੋਂ ਬਹੁਤ ਸਾਰੇ ਕੰਮ ਆਪਣੀ ਲੈਂਗੁਏਜ ਲਈ ਕੰਮ ਲੈਣੇ ਨੇ, ਜੇ ਆਪਾਂ ਉਹ ਹਲੇ ਨਹੀਂ ਲੈ ਰਹੇ, ਅਸੀਂ ਤਾਂ ਬਹੁਤ ਮੁੱਢਲੇ ਸਟੇਜ 'ਤੇ ਉੱਤੇ ਖੜ੍ਹੇ ਹਾਂ ਹਲੇ, ਅਤੇ ਤਾਂ ਇਹ ਡਾਟਾ ਟਾਈਪ ਕਰਕੇ ਉਹਨੂੰ ਪ੍ਰਿੰਟਿੰਗ ਫਾਰਮ ਤੱਕ ਕੱਢਣ ਤੱਕ ਕਹਿ ਸਕਦੇ ਹਾਂ ਸੀਮਤ ਆ ਸੀ, ਤਾਂ ਇਹ ਮੇਰੇ ਖਿਆਲ 'ਚ ਹਲੇ ਇੱਦਾਂ ਦੇ ਕੰਮਾਂ 'ਚ ਉਲਝੇ ਹੋਏ ਹਾਂਗੇ, ਅਸੀਂ ਵੱਡੇ ਫੈਸਲੇ ਵੀ ਨਹੀਂ ਲੈ ਸਕਦੇ ਸ਼ਾਇਦ, ਇਹਦੇ ਲਈ ਮੇਰੇ ਖਿਆਲ 'ਚ ਲੋਕ ਅਵੇਅਰ ਨਹੀਂ, ਜਾਗਰੂਕ ਨਹੀਂ ਹੈਗੇ, ਇਹ ਵੀ ਹੈਗਾ। ਜਿਵੇਂ ਹੁਣ ਐਗਜ਼ਾਮਪਲ ਆ ਵੀ ਯੂਨੀਕੋਡ ਦੇ ਵਿੱਚ ਅਸੀਂ ਕਾਫੀ ਕੋਸ਼ਿਸ਼ਾਂ ਕਰਿਆ ਵੀ ਤੁਸੀਂ ਯੂਨੀਕੋਡ 'ਚ ਸ਼ਿਫਟ ਕਰ ਜਾਓ, ਜਿਹੜੇ ਲੋਕ ਪਹਿਲਾਂ ਤੋਂ ਹੀ ਕੰਮ ਕਰ ਰਹੇ ਨੇ ਉਹ ਨਹੀਂ ਕਰ ਰਹੇ, ਉਹ ਨਹੀਂ ਸ਼ਿਫਟ ਕਰਨਾ ਚਾਹੁੰਦੇ, ਉਹਨਾਂ ਦੀ ਆਪਣੀਆਂ ਮਜਬੂਰੀਆਂ ਨੇ, ਯੂਜ਼ ਟੂ ਨੇ, ਹੈਬਿਟ ਬਣ ਚੁੱਕੀ ਹੈਗੀ। ਤੁਹਾਨੂੰ ਪਤਾ ਟਾਈਪਿੰਗ ਜੇ ਇੱਕ ਵਾਰੀ ਕਰ ਲਏ, ਸਿੱਖ ਲਈ ਜਾਵੇ, ਜਿਹੜਾ ਲੇਆਊਟ ਸਿੱਖ ਲਿਆ ਉਸੇ 'ਚ ਹੀ ਵਿਅਕਤੀ ਕੰਫਰਟ ਫੀਲ ਕਰਦਾ ਵੀ ਮੈਂ ਇਸੇ ਦੇ ਵਿੱਚ ਹੀ ਕਰਾਂ। ਕੋਸ਼ਿਸ਼ ਅਸੀਂ ਕੀਤੀ ਕਿ ਉਹਨਾਂ ਨੂੰ ਇਸ ਤਰ੍ਹਾਂ ਜਿਵੇਂ ਜੀ ਲਿਪੀ ਦਾ ਨਾਮ ਦਾ ਸੀ ਇੱਕ ਟੂਲ ਤਿਆਰ ਕੀਤਾ ਕਿ ਤੁਸੀਂ ਉਹਦੀ ਮਦਦ ਨਾਲ ਜੇ ਕੋਈ ਫਨੈਟਿਕ 'ਚ ਕੰਮ ਕਰਦਾ ਫਨੈਟਿਕ 'ਚ ਕਰ ਲਏ, ਜੇ ਰੈਗਮੈਂਟਨ 'ਚ ਕੰਮ ਕਰਦਾ ਤਾਂ ਰੈਗਮੈਂਟਨ ਦੇ ਵਿੱਚ ਕਰ ਲਏ, ਅਤੇ ਡਾਟਾ ਜਿਹੜਾ ਉਹ ਯੂਨੀਕੋਡ ਦੇ ਵਿੱਚ ਤਿਆਰ ਹੋ ਜਾਏਗਾ। ਭਾਵੇਂ ਇਹ ਮੈਂ ਇਹਨੂੰ ਠੀਕ ਵਿਧੀ ਨਹੀਂ ਮੰਨਦਾ ਹੈਗਾ, ਪਰ ਸਾਡੀ ਲੋੜ ਸੀ ਇਸ ਕਰਕੇ ਕਰਿਆ। ਪਰ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਨਵੇਂ ਯੂਜ਼ਰ ਨੇਗੇ, ਜਿਨ੍ਹਾਂ ਨੇ ਹਾਲੇ ਸਿੱਖਣਾ ਕੰਪਿਊਟਰ 'ਤੇ ਕੰਮ ਕਰਨਾ, ਉਹ ਉਸ ਤਰ੍ਹਾਂ ਦੀ ਲੇਆਊਟ ਵਰਤਣ ਜਿਹੜੀ ਹਰ ਕੰਪਿਊਟਰ ਦੇ ਵਿੱਚ ਅਵੇਲੇਬਲ ਹੋਵੇ। ਜਿਵੇਂ ਇਨਸਕ੍ਰਿਪਟ ਕੀਬੋਰਡ ਲੇਆਊਟ ਆ, ਜਿਹੜੀ ਜਦੋਂ ਵੀ ਤੁਸੀਂ ਕੰਪਿਊਟਰ ਆਪਣਾ ਖੋਲ੍ਹਿਆ, ਸਿਰਫ ਉਹਦੇ 'ਚ ਐਡ ਲੈਂਗੁਏਜ ਵਿੱਚ ਆ ਕੇ ਤੁਸੀਂ ਗੁਰਮੁਖੀ ਸਿਲੈਕਟ ਕਰਨੀ ਆ, ਅਤੇ ਉਹਦੇ ਬਾਅਦ 'ਚ ਆਪਣਾ ਕੰਮ ਕਰਨਾ ਸ਼ੁਰੂ ਕਰਨਾ, ਅਤੇ ਤੁਹਾਨੂੰ ਇੱਕ ਲੇਆਊਟ ਮਿਲੇਗੀ ਜਿਹੜੀ ਲੇਆਊਟ ਗੁਰਮੁਖੀ ਦੀ ਵੀ ਸੇਮ ਆ, ਦੇਵਨਾਗਰੀ ਦੀ ਵੀ ਇੱਕੋ ਹੀ ਆ। ਐਗਜ਼ਾਮਪਲ ਦੁਆਰਾ ਪੀ ਤੋਂ ਜੱਜਾ ਪੈਂਦਾ ਤਾਂ ਦੇਵਨਾਗਰੀ ਦਾ ਵੀ ਉਹੀ ਪਏਗਾ, ਅਤੇ ਗੁਰਮੁਖੀ ਦਾ ਵੀ ਪਏਗਾ, ਗੁਜਰਾਤੀ ਦਾ ਅਤੇ ਹੋਰ ਭਾਰਤੀ ਜਿਹੜੀਆਂ ਲਿਪੀਆਂ ਨੇਗੀਆਂ ਕੰਪਿਊਟਰ, ਉਹਨਾਂ ਦਾ ਵੀ ਹੋਏਗਾ। ਉਹ ਲੇਆਊਟ ਲਗਭਗ ਸੇਮ ਆ। ਅੱਛਾ, ਇਹ ਬਿਲਕੁਲ ਇਕੁਅਲ ਆ, ਉਹਨੂੰ ਅਸੀਂ ਇਨਸਕ੍ਰਿਪਟ ਕੀਬੋਰਡ ਲੇਆਊਟ ਕਹਿੰਦੇ ਹਾਂ। ਅੱਛਾ, ਹੁਣ ਉੱਥੇ ਸਮੱਸਿਆ ਇਹ ਆ, ਜੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਲੇਆਊਟ ਸਿੱਖ ਕੇ ਆਓ ਤਾਂ ਉਹ ਪੋਸੀਬਿਲਿਟੀ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇਗੇ। ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਉਸੇ ਤਰ੍ਹਾਂ ਕਰਦੇ ਰਹਿਣ, ਉਹ ਜਿਹੜਾ ਥਰਡ ਪਾਰਟੀ ਟੂਲ ਆ ਉਹਦੇ ਰਾਹੀਂ ਆਪਣਾ ਕੰਮ ਕਰ ਸਕਦੇ ਨੇਗੇ, ਉਹਨਾਂ ਦੇ ਵਿੱਚ ਕੋਈ ਖੜੋਤ ਨਹੀਂ ਆਏਗੀ, ਕੋਈ ਸਮੱਸਿਆ ਨਹੀਂ ਆਏਗੀ।
ਤੇ ਪਰ ਜਿਹੜੇ ਨਵਾਂ ਸਿੱਖਣਾ ਚਾਹੁੰਦੇ ਨੇ ਉਹ ਇਨਸਕ੍ਰਿਪਟ ਕੀਬੋਰਡ ਹੀ ਸਿੱਖਣ ਹੁਣ ਤੇ ਜਿਹੜੇ ਯੂਨੀਕੋਡ ਸਪੋਰਟਡ ਫੌਂਟ ਨੇ ਉਹਨਾਂ ਦੇ ਵਿੱਚ ਕੰਮ ਕਰਨ ਤਾਂ ਕਿ ਜਿਹੜਾ ਉਹਨਾਂ ਦਾ ਇੱਕ ਵਾਰੀ ਮਟੀਰੀਅਲ ਤਿਆਰ ਕੀਤਾ ਹੋਇਆ ਉਹ ਕਿਤੇ ਵੀ ਭੇਜਣਗੇ ਉਹ ਪੜ੍ਹਨ ਯੋਗ ਰਹੇਗਾ। ਸਿਰਫ ਪੜ੍ਹਨ ਯੋਗ ਨਹੀਂ ਰਹੇਗਾ, ਉਹਦੇ ਬਹੁਤ ਸਾਰੇ ਹੋਰ ਫੀਚਰਸ ਨੇ। ਤੁਸੀਂ ਡਾਟਾ ਤਿਆਰ ਕਰ ਲਿਆ, ਤੁਸੀਂ ਸਪੈਲ ਚੈੱਕ ਕਰਨਾ ਚਾਹੁੰਦੇ ਹੋਗੇ, ਉਹ ਤੁਸੀਂ ਆਪਣੀ ਡਿਕਸ਼ਨਰੀ ਜੋੜ ਕੇ ਐਮ ਐਸ ਵਰਡ ਦੇ ਸਪੈਲ ਚੈੱਕ ਕਰ ਸਕਦੇ ਹੋਗੇ। ਤੁਸੀਂ ਉਹਦੀ ਗ੍ਰੈਮਰ ਚੈੱਕ ਕਰਨੀ ਚਾਹੁੰਦੇ ਹੋ ਤਾਂ ਗ੍ਰੈਮਰ ਚੈੱਕਰ ਬਣਾ ਕੇ ਗ੍ਰੈਮਰ ਚੈੱਕ ਕਰ ਸਕਦੇ ਹੋਗੇ। ਤੁਸੀਂ ਉਹਨੂੰ ਅਨੁਵਾਦ ਕਰਨਾ ਚਾਹੁੰਦੇ ਹੋ ਉਹ ਵੀ ਹੋ ਜਾਏਗਾ, ਉਹ ਵੀ ਤੁਸੀਂ ਗੂਗਲ ਟ੍ਰਾਂਸਲੇਟ ਕਾਫੀ ਹੱਦ ਤੱਕ ਤੁਹਾਨੂੰ ਹੈਲਪ ਕਰ ਦਿੰਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ 100% 80% ਇਹ ਕਰਦਾ, ਪਰ ਕਾਫੀ ਸਮਝਣ ਯੋਗ ਕਰ ਦਿੰਦਾ। ਤੁਸੀਂ ਜੇ ਉਹਨੂੰ ਟ੍ਰਾਂਸਲੇਟ ਕਰਨਾ ਚਾਹੁੰਦੇ ਹੋ, ਅਨੁਵਾਦ ਕਰਨਾ ਚਾਹੁੰਦੇ ਹੋ, ਤੁਸੀਂ ਉਹ ਵੀ ਉੱਥੇ ਉਸ ਮਟੀਰੀਅਲ ਨੂੰ ਕਰ ਸਕਦੇ ਹੋਗੇ। ਜਿਹੜੀ ਹੁਣੀ ਤੁਸੀਂ ਗੱਲ ਕੀਤੀ ਹੈ ਬਹੁਤ ਪਤੇ ਦੀ ਹੈ, ਬਹੁਤ ਸਾਰੇ ਲੋਕ ਨੇ ਉਹ ਸਿਰਫ ਪੰਜਾਬੀ ਜ਼ਬਾਨ ਦੀ ਹੀ ਗਿਆਤਾ ਨੇ ਜਾਂ ਗਿਆਨ ਰੱਖਦੇ ਨੇ, ਉਹਨਾਂ ਨੇ ਉਹ ਕੋਈ ਚੀਜ਼ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨੀ ਹੁੰਦੀ ਹੈ ਜਾਂ ਉਹ ਇੰਗਲਿਸ਼ ਪੜ੍ਹਦੇ ਆ, ਉਹਨਾਂ ਤੋਂ ਪ੍ਰੋਪਰ ਟ੍ਰਾਂਸਲੇਸ਼ਨ ਨਹੀਂ ਹੁੰਦੀ, ਅਨੁਵਾਦ ਨਹੀਂ ਹੁੰਦਾ। ਕੀ ਤੁਹਾਡੀ ਕੋਈ ਇਸ ਤਰ੍ਹਾਂ ਦੀ ਵੈਬਸਾਈਟ ਵੀ ਹੈ ਜਿੱਥੇ ਜਾ ਕੇ ਉਹ ਟ੍ਰਾਂਸਲੇਟ ਕਰ ਸਕਣ? ਫਿਲਹਾਲ ਇਸ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੰਮ ਹੋਇਆਗਾ, ਗੁਰਮੁਖੀ ਦੇ ਵਿੱਚੋਂ ਦੇਵਨਾਗਰੀ ਦੇ ਵਿੱਚ ਕਨਵਰਟ ਹੋ ਜਾਂਦਾ। ਅਤੇ ਇਸੇ ਤਰ੍ਹਾਂ ਹੀ ਜਿਹੜਾ ਗੂਗਲ ਟ੍ਰਾਂਸਲੇਟਰ ਦਾ ਟੂਲ ਆ ਉਹਦੇ ਵਿੱਚ ਵੀ ਜਾ ਕੇ ਤੁਸੀਂ ਬਹੁਤ ਸਾਰੀਆਂ ਭਾਸ਼ਾਵਾਂ ਉੱਥੇ ਦਿੱਤੀਆਂ ਹੋਈਆਂ ਨੇਗੀਆਂ ਜਿਹੜਾ ਇੱਕ ਦੂਜੇ ਤੋਂ ਚੇਂਜ ਕਰ ਸਕਦੇ ਹੋ। ਪੰਜਾਬੀ ਤੁਸੀਂ ਅੰਗਰੇਜ਼ੀ ਜਾ ਸਕਦੇ ਹੋ, ਹੋਰ ਬਹੁਤ ਸਾਰੀਆਂ ਭਾਸ਼ਾਵਾਂ ਨੇ, ਉਹਨਾਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਡਾਟਾ ਉਹ ਕਨਵਰਟ ਕਰ ਸਕਦੇ ਹੋਗੇ। ਉਹ ਜੇ ਆਪਾਂ ਠੀਕ ਨਹੀਂ ਕਰ ਸਕਦੇ ਪਰ ਬਹੁਤ ਹੈਲਪਫੁਲ ਹੁੰਦਾ ਮੇਰੇ ਲਈ, ਮੈਂ ਆਪਣੇ ਮੇਰਾ ਪਰਸਨਲ ਐਕਸਪੀਰੀਅੰਸ ਆ, ਜੋ ਜ਼ਰੂਰਤ ਪੈਂਦੀ ਹੈਗੀ ਤਾਂ ਅਸੀਂ ਉੱਥੇ ਟਰਾਈ ਕਰਦੇ ਹਾਂਗੇ। ਜਿਵੇਂ ਕੁਛ ਸਮਾਂ ਪਹਿਲਾਂ ਮੈਂ ਇੰਡੋਨੇਸ਼ੀਆ ਗਿਆ ਸੀਗਾ, ਮੈਨੂੰ ਉੱਥੇ ਦੀ ਭਾਸ਼ਾ ਨਹੀਂ ਸੀ ਆਉਂਦੀ, ਮੈਂ ਉਹਦੇ 'ਚ ਅੰਗਰੇਜ਼ੀ 'ਚ ਜਾਂ ਗੁਰਮੁਖੀ 'ਚ ਲਿਖਦੇ ਸੀਗੇ ਤਾਂ ਉਹ ਲਗਭਗ ਕੁਝ ਨਾ ਕੁਝ ਆਈਡੀਆ ਹੋ ਜਾਂਦਾ ਸੀਗਾ ਵੀ ਸਮਝ ਆ ਜਾਂਦਾ ਵੀ ਹੁਣ ਮੈਂ ਇੱਥੇ ਕੋਈ ਗੱਲ ਕਰਨੀ ਆ। ਅਤੇ ਜਿਹਨੂੰ ਹੁਣ ਅੰਗਰੇਜ਼ੀ ਵੀ ਨਹੀਂ ਆਉਂਦੀ ਉੱਥੇ ਅਸੀਂ ਉਹਨੂੰ ਕਨਵਰਟ ਕਰਕੇ ਉਹਨਾਂ ਦੀ ਭਾਸ਼ਾ ਦੇ 'ਚ ਉਹ ਜੇ ਕੋਸ਼ਿਸ਼ ਕਰਦੇ ਸੀ ਬੋਲ ਕੇ, ਜੇ ਬੋਲਿਆ ਵੀ ਨਹੀਂ ਜਾਂਦਾ ਸੀ ਤਾਂ ਅਸੀਂ ਦਿਖਾ ਕੇ ਤਾਂ ਘੱਟੋ ਘੱਟ ਕਮਿਊਨੀਕੇਟ ਕਰ ਲੈਂਦੇ ਸੀਗੇ। ਇਸ ਤਰ੍ਹਾਂ ਜੇ ਅਸੀਂ ਆਪਣੀ ਭਾਸ਼ਾ ਦੇ ਵਿੱਚ ਇਹ ਜਿਹੜੀਆਂ ਸੁਵਿਧਾਵਾਂ ਨੇ ਇਹ ਲੈਣੀਆਂ ਨੇਗੀਆਂ ਕੰਪੀਟੀਸ਼ਨ ਲਿੰਗੁਇਸਟਿਕ ਜਾਂ NLP ਦੇ ਪੁਆਇੰਟ ਆਫ ਵਿਊ ਤੋਂ, ਤਾਂ ਸਾਨੂੰ ਇਹ ਡਾਟਾ ਯੂਨੀਕੋਡ ਦੇ ਵਿੱਚ ਹੀ ਹੋਣਾ ਚਾਹੀਦਾ ਜਾਂ ਉਹ ਲਾਜ਼ਮੀ ਆ। ਜੀ ਅਸੀਂ ਜੀਮੇਲ ਦੇ ਵਿੱਚ ਕਿਸੇ ਨੂੰ ਡਾਟਾ ਭੇਜੀ, ਅਸੀਂ ਚਾਹੁੰਦੇ ਹਾਂ ਕਿ ਉਹ ਬੜੀ ਈਜ਼ੀਲੀ ਉਹਦੇ 'ਚ ਐਡੀਟਿੰਗ ਕਰ ਸਕੇ, ਪੜ੍ਹ ਸਕੇ, ਤਾਂ ਵੀ ਉਹ ਡਾਟਾ ਯੂਨੀਕੋਡ 'ਚ ਹੋਏਗਾ ਤਾਂ ਈਜ਼ੀ ਹੋਏਗਾ। ਗੂਗਲ ਦੇ ਵਿੱਚ ਸਰਚ ਵੀ ਉਸੇ ਡਾਟੇ ਦੀ ਹੋਏਗੀ, ਇੰਟਰਨੈਟ 'ਤੇ ਡਿਸਪਲੇ ਕਰਨਾ ਤਾਂ ਵੀ ਉਹ ਯੂਨੀਕੋਡ 'ਚ ਹੋਣਾ ਲਾਜ਼ਮੀ ਆ। ਕਹਿਣ ਦਾ ਭਾਵ ਇਹ ਹੈ ਕਿ ਯੂਨੀਕੋਡ ਦੇ ਡਾਟੇ ਤੋਂ ਬਿਨਾਂ ਚਾਹੇ ਉਹ ਕਿਹੜੀ ਮਰਜ਼ੀ ਲਿਪੀ ਆ, ਚਾਹੇ ਉਹ ਦੇਵਨਾਗਰੀ ਆ, ਚਾਹੇ ਉਹ ਗੁਰਮੁਖੀ ਆ, ਉਹਦਾ ਗੁਜ਼ਾਰਾ ਨਹੀਂ ਹੈ ਕੰਪਿਊਟਰ ਲਈ। ਉਹ ਤਾਂ ਹੀ ਉਸ ਭਾਸ਼ਾ ਦਾ ਡਾਟਾ ਜੇ ਉਹ ਯੂਨੀਕੋਡ ਦੇ ਵਿੱਚ ਹੋਵੇਗਾ। ਹੁਣ ਬਹੁਤ ਸਾਰੇ ਲੋਕ ਹੋਣਗੇ ਉਹਨਾਂ ਨੂੰ ਪੰਜਾਬੀ ਸਿੱਖਣੀ ਚਾਹੁੰਦੇ ਹੋਣਗੇ। ਇੱਥੇ ਅਸੀਂ ਦੇਖਦੇ ਹਾਂ ਕਿ ਇੱਥੇ ਜਦੋਂ ਗੋਰੇ ਆਪਣੀ ਜ਼ਬਾਨ ਸਿਖਾਉਂਦੇ ਆ ਉਹਨਾਂ ਕੋਲ ਬਹੁਤ ਵਧੀਆ ਪ੍ਰੋਗਰਾਮ ਨੇ, ਉਹ ਚਾਹੁੰਦੇ ਆ ਕਿ ਵੱਧ ਤੋਂ ਵੱਧ ਲੋਕ ਸਾਡੀ ਜ਼ਬਾਨ ਨਾਲ ਜੁੜਨ। ਕੀ ਤੁਸੀਂ ਤੁਹਾਡੀ ਯੂਨੀਵਰਸਿਟੀ ਜਾਂ ਤੁਹਾਡਾ ਡਿਪਾਰਟਮੈਂਟ ਕੋਈ ਇੱਧਰ ਵੀ ਗਿਆਨ ਜਾਂ ਧਿਆਨ ਦੇ ਰਿਹਾ? ਪੰਜਾਬੀ ਯੂਨੀਵਰਸਿਟੀ ਪਟਿਆਲਾ ਤੁਹਾਨੂੰ ਦੱਸਿਆ ਵੀ ਤਕਰੀਬਨ, ਹਾਂ ਇਹ ਉਹਦਾ ਮੁੱਖ ਮਕਸਦ ਇਹ ਹੈਗਾ। ਹੁਣ ਲੈ ਕੇ ਅਸੀਂ ਪਿਛਲੇ ਸਮੇਂ ਇਹ CD ਆ ਮੇਰੇ ਕੋਲ ਪੰਜਾਬੀ ਗਿਆਨ, ਅੱਛਾ ਜੀ, ਅਤੇ ਅਸੀਂ ਇਹ ਤਿਆਰ ਕੀਤੀ ਆ ਐਨੀਮੇਟਡ ਪ੍ਰੋਗਰਾਮ ਆ, ਅੱਛਾ ਜੀ, ਜਿਹਦੀ ਮਦਦ ਦੇ ਨਾਲ ਬੱਚੇ ਬਹੁਤ ਹੀ ਅਟਰੈਕਟਿਵ ਤਰੀਕੇ ਨਾਲ ਪੰਜਾਬੀ ਸਿੱਖ ਸਕਦੇ ਨੇਗੇ। ਅੱਛਾ ਜੀ, ਅਤੇ ਇਹ ਸਾਰਾ ਐਨੀਮੇਟਡ ਪ੍ਰੋਗਰਾਮ ਆ, ਜਿਵੇਂ ਗੁਰਮੁਖੀ ਜਿਹੜੇ ਅੱਖਰ ਨੇਗੇ ਉਹਨਾਂ ਦੀ ਜਾਣ ਪਹਿਚਾਣ, ਐਗਜ਼ਾਮਪਲ ਦੇ ਤੌਰ 'ਤੇ ਡਿਜੀਟਲ ਇੱਕ ਤਰ੍ਹਾਂ ਨਾਲ ਪ੍ਰਾਈਮਰ ਕਾਇਦਾ ਹੈਗਾ, ਅੱਛਾ ਕਾਇਦਾ ਕਾਇਦਾ ਪ੍ਰਾਈਮਰ ਜਿਹੜਾ ਅਟਰੈਕਸ਼ਨ ਨਾਲ ਜਿਹੜਾ ਉਹ ਪੰਜਾਬੀ ਸਿੱਖ ਸਕਦਾ ਬੱਚਿਆਂ ਨੂੰ। ਬੱਚੇ ਇਹ ਨਹੀਂ ਹੈਗਾ ਵੀ ਜਿਵੇਂ ਹੁਣ ਅਸੀਂ ਦੇਖਦੇ ਹਾਂ ਬਹੁਤ ਸਾਰੇ ਹੋਰ ਭਾਸ਼ਾਵਾਂ ਦੇ 'ਚ ਪ੍ਰੋਗਰਾਮ ਬਣੇ ਹੋਏ ਨੇਗੇ, ਉਹ ਬੱਚੇ ਕੰਪਿਊਟਰ ਨੂੰ ਲਾਈਕ ਕਰਦੇ ਨੇਗੇ, ਮੋਬਾਈਲ ਨੂੰ ਲਾਈਕ ਕਰਦੇ ਨੇ। ਇਹ ਅਸੀਂ ਪ੍ਰੋਗਰਾਮ ਕੰਪਿਊਟਰ ਲਈ ਬਣਾਇਆ, ਤੁਸੀਂ ਆਪਣੇ ਕੰਪਿਊਟਰ 'ਚ ਇੰਸਟਾਲ ਕਰੋ, ਅਤੇ ਜਿਵੇਂ ਸਕੂਲ ਆਉਂਦਾ ਉਹ ਸਕੂਲ ਐਨੀਮੇਟਰ ਸਕੂਲ ਆਏਗਾ, ਤੁਸੀਂ ਕਲਿੱਕ ਕਰਕੇ ਚਲੋ ਗੁਰਮੁਖੀ ਦੇ ਲੈਟਰ 'ਤੇ ਕਲਿੱਕ ਕਰੋਗੇ ਤਾਂ ਉਹਦੇ ਗੁਰਮੁਖੀ ਲੈਟਰ ਦਾ ਨੇਮ, ਉਹਦੀ ਸਾਊਂਡ ਵੈਲਿਊ ਉਹ ਪ੍ਰੋਨਾਊਂਸ ਕਰਕੇ ਦੱਸੇਗਾ। ਅਤੇ ਇਸੇ ਤਰ੍ਹਾਂ ਫਿਰ ਭੁਲਾਵੇਂ ਅੱਖਰਾਂ ਦਾ ਇੱਕ ਚੈਪਟਰ ਬਣਾਇਆ ਹੋਇਆ, ਉਸ ਤੋਂ ਬਾਅਦ ਫਿਰ ਐਕਸਰਸਾਈਜ਼ ਦਿੱਤੀ ਹੋਈ ਨੇ। ਐਕਸਰਸਾਈਜ਼ ਵੀ ਗੇਮ ਟਾਈਪ ਨੇ, ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਪੂਰੀ ਸੀਕੁਐਂਸ 'ਚ ਗੁਰਮੁਖੀ ਜਿਹੜੇ ਕਰੈਕਟਰ ਨੇ ਅੱਖਰ ਨੇ ਉਹਨਾਂ ਨੂੰ ਜੋੜਨਾ, ਤਾਂ ਉਹਦੇ 'ਚ ਕੁਝ ਅੱਖਰ ਸਕਿੱਪ ਕੀਤੇ ਹੋਏ ਨੇ, ਮਤਲਬ ਪਟਿਆਲਾ ਲਿਖਣਾ। ਪਹਿਲੀ ਗੱਲ ਤਾਂ ਅਸੀਂ ਗੁਰਮੁਖੀ ਲੈਟਰ ਨਾਲ ਇੰਟਰੋਡਿਊਸ ਕਰਾਉਂਦੇ ਹਾਂਗੇ ਸਭ ਤੋਂ ਪਹਿਲਾਂ, ਹਾਂ ਉਹਦੀ ਇੱਕ ਸੀਕੁਐਂਸ ਹੈਗੀ, ਉਹ ਸੀਕੁਐਂਸ 'ਚ ਕੁਝ ਅੱਖਰ ਸਕਿੱਪ ਨੇ, ਫਿਰ ਪੂਰੇ ਦੇ ਪੂਰੇ ਗੁਰਮੁਖੀ ਦੇ ਜਿਹੜੇ ਅੱਖਰ ਨੇ ਉਹ ਇੱਕ ਸੀਕੁਐਂਸ 'ਚ ਲਾਉਣੇ ਨੇ, ਨਾਲ ਨਾਲ ਉਹ ਉਚਾਰ ਕੇ ਦੱਸਦਾ। ਅੱਛਾ, ਫਿਰ ਦੂਜਾ ਇਹਦੇ 'ਚ ਕੁਝ ਉਹਦੀਆਂ ਕੁਝ ਗੇਮਸ ਦਿੱਤੀਆਂ ਨੇ, ਕੁਇਜ਼ ਨੇਗੀਆਂ, ਇਸ ਤਰ੍ਹਾਂ ਟੈਲ ਟਾਰਗੇਟ ਗੇਮ ਆ, ਇੱਕ ਬਲੂਨ ਗੇਮ ਆ, ਉੱਪਰ ਬਲੂਨ ਆ ਰਹੇ ਨੇ ਤੁਸੀਂ ਉਹ ਸਿਲੈਕਟ ਕਰਨੇ ਨੇ, ਅੱਖਰ ਕਰੈਕਟ ਪੈਰਲਰ ਦਿੱਤੇ ਹੋਏ ਨੇ ਸਾਈਡਾਂ ਦੇ ਉੱਤੇ। ਇਸੇ ਤਰ੍ਹਾਂ ਹੀ ਫਿਰ ਇੱਕ ਫਲਿੱਪ ਐਂਡ ਮੈਚ ਗੇਮ ਆ, ਉਹ ਤੁਸੀਂ ਪੂਰੀ ਕੰਪਲੀਟ ਕਰਨੀ ਹੈਗੀ। ਉਹਦੇ 'ਚ ਇਹ ਆ ਵੀ ਜੇ ਤੁਸੀਂ
ਉੱਥੇ ਅਨਕਰੈਕਟ ਸਿਲੈਕਟ ਕਰ ਦਿਓਗੇ ਤਾਂ ਉਹ ਨਾਲ ਦੀ ਨਾਲ ਤੁਹਾਡੇ ਪੁਆਇੰਟ ਵੀ ਕੱਢਦਾ। ਅੱਛਾ, ਜੇ ਤੁਸੀਂ ਕਰੈਕਟ ਕਰਦੇ ਹੋ ਤਾਂ ਪੁਆਇੰਟ ਜੁੜਦੇ ਰਹਿੰਦੇ ਨੇਗੇ, ਪਤਾ ਲੱਗਦਾ ਰਹਿੰਦਾ ਹਾਂ। ਅਖੀਰ ਦੇ ਵਿੱਚ ਅਨੈਲਿਸਿਸ ਕੀਤਾ ਜਾ ਸਕਦਾ ਕਿ ਇਹ ਕਿੰਨੀ ਕੁ ਇਹਨੂੰ ਆਈਡੈਂਟੀਫਿਕੇਸ਼ਨ ਇਹਨਾਂ ਦੀ ਹੈਗੀ ਆ, ਅਤੇ ਫਿਰ ਉਸ ਦਾ ਰਾਈਟਿੰਗ ਸਿਸਟਮ ਆ। ਅੱਛਾ, ਇਸ ਗੇਮ 'ਚ ਹਾਂ, ਇਹ ਨਹੀਂ ਨੈਕਸਟ ਚੈਪਟਰ ਦੇ ਵਿੱਚ, ਅਤੇ ਉਹਦੇ 'ਚ ਦੱਸਿਆ ਗਿਆ ਵੀ ਗੁਰਮੁਖੀ ਲੈਟਰ ਨੂੰ ਲਿਖਣਾ ਕਿਵੇਂ ਹੈਗਾ। ਅੱਛਾ, ਐਨੀਮੇਸ਼ਨ ਦਿੱਤੀ ਹੋਈ ਹੈਗੀ ਐਰੋ ਦੇ ਕੇ, ਨਾਲ ਨਾਲ ਹਰ ਇੱਕ ਕਰੈਕਟਰ ਬਾਰੇ ਡਿਸਕ੍ਰਿਪਸ਼ਨ ਦਿੱਤੀ ਆ ਕਿ ਇਹ ਕਰੈਕਟਰ ਵਰਡ ਦੇ ਵਿੱਚ ਸ਼ੁਰੂ ਦੇ ਵਿੱਚ ਆਉਂਦਾ ਜਾਂ ਇਹਦਾ ਰੋਲ ਕੀ ਆ ਪੂਰੀ ਇਹਦੇ 'ਚ, ਗੁਰਮੁਖੀ ਲਿਪੀ ਨੂੰ ਲਿਖਣ ਦੇ ਲਈ ਰੋਲ ਕੀ ਆ, ਉਹਦੀ ਔਰਥੋਗ੍ਰਾਫੀ 'ਚ ਕੀ ਰੋਲ ਆ, ਉਹ ਵੀ ਨਾਲ ਨਾਲ ਇੰਟਰੋਡਿਊਸ ਕਰਾਇਆ, ਅਤੇ ਨਾਲ ਕਲਿੱਕ ਕਰਕੇ ਤੁਸੀਂ ਉਸ ਲੈਟਰ ਦੀ ਐਨੀਮੇਸ਼ਨ ਦੇਖ ਸਕਦੇ ਹੋ ਕਿ ਨਾਲ ਨਾਲ ਲਿਖਣਾ ਸਿੱਖ ਸਕਦੇ ਹੋ। ਅਤੇ ਇਹ ਜਿਹੜੀ ਤੁਸੀਂ ਦੱਸ ਰਹੇ ਹੋ ਇਹਦਾ ਨਾਂ ਕੀ ਆ ਜੀ? ਪੰਜਾਬੀ ਗਿਆਨ। ਇਹ ਕਿੱਥੋਂ ਵੀ ਮਿਲ ਜਾਂਦਾ? ਇਹ ਫਿਲਹਾਲ ਅਸੀਂ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਕਿਤਾਬ ਘਰ ਤੋਂ ਮਿਲਦੇ ਹਾਂ ਸੀਡੀ। ਅੱਛਾ ਜੀ। ਜਾਂ ਕੋਸ਼ਿਸ਼ ਹੁੰਦੀ ਹੈ ਜਿਵੇਂ ਅਸੀਂ ਆਏਗੇ ਇਸ ਤਰ੍ਹਾਂ ਕੁਝ ਸੀਡੀਆਂ ਜਿੱਥੇ ਦੇ ਸਕੀਏ ਉਹ ਅਸੀਂ ਦੇ ਦਿੰਦੇ ਹਾਂਗੇ। ਇਹ ਸੀਡੀ ਦੀ ਇੱਕ ਦੀ ਕਾਪੀ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਸੀਡੀਆਂ ਅੱਗੇ ਕਾਪੀ ਕਰਕੇ ਦੇ ਸਕਦੇ ਹੋ, USB ਦੇ ਰਾਹੀਂ ਵੀ ਦੇ ਸਕਦੇ ਹੋ। ਇਹਨੂੰ ਸੀਡੀ ਨੂੰ ਅਸੀਂ ਕੋਈ ਇਸ ਤਰ੍ਹਾਂ ਦਾ ਲੌਕ ਨਹੀਂ ਲਾਇਆ, ਪਤਾ ਲੱਗ ਜਿਹੜੇ ਦਰਸ਼ਕ ਵੇਖ ਰਹੇ ਨੇ, ਅਸੀਂ ਇਹਦੇ 'ਤੇ ਕੋਈ ਲੌਕ ਨਹੀਂ ਇਸ ਤਰ੍ਹਾਂ ਦਾ ਲਾਇਆ ਕਿ ਇਹਨੂੰ ਕਾਪੀ ਨਾ ਕਰ ਸਕੇ ਕੋਈ। ਅੱਛਾ, ਬਹੁਤ ਸਾਰੀਆਂ ਮੈਂ ਉਹੀ ਪੁੱਛਣਾ ਸੀ ਤੁਹਾਡੇ ਤੋਂ, ਬਹੁਤ ਸਾਰੀਆਂ ਲੋਕ ਇਸ ਤਰ੍ਹਾਂ ਦੀਆਂ ਸੀਡੀਜ਼ ਇਸ ਤਰ੍ਹਾਂ ਦੇ ਪ੍ਰੋਗਰਾਮ ਬਣਾਉਂਦੇ ਆ, ਪਰ ਉਹਦੀ ਕਾਪੀ ਨਹੀਂ ਹੁੰਦੀ, ਜੇ ਕਾਪੀ ਕਰ ਲਏ ਤਾਂ ਉਹ ਵਰਕ ਨਹੀਂ ਕਰਦੀ। ਪਰ ਇਹ ਕਾਪੀ ਵੀ ਹੁੰਦੀ ਹੈ ਅਤੇ ਵਰਕ ਵੀ ਕਰਦੀ ਹੈ, ਈਵਨ ਕਿ ਕੋਈ ਸਾਨੂੰ ਫੋਨ ਕਰਦਾ ਜਿੱਥੇ ਅਸੀਂ ਸੀਡੀ ਨਹੀਂ ਪਹੁੰਚਾ ਸਕਦੇ, ਅਸੀਂ ਉੱਥੇ ਇੱਕ ਜਾਂ ਦੋ ਸੀਡੀਆਂ ਦੇ ਦਿੰਦੇ ਹਾਂ ਅਤੇ ਉਹਨਾਂ ਨੂੰ ਕਹਿੰਦੇ ਹੋ ਤੁਸੀਂ ਕਾਪੀ ਕਰਕੇ ਵੰਡ ਦਿਓ। ਅੱਛਾ, ਬਹੁਤ ਸਾਰੇ ਲੋਕ, ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੇ। ਡਾਕਟਰ ਸਾਹਿਬ, ਤੁਸੀਂ ਇਸ ਗਿਆਨ ਦੇ ਮੁਤਾਬਕ ਗੱਲਬਾਤ ਕਰ ਰਹੇ ਸੀ ਕਿ ਅੱਖਰ ਕਿਵੇਂ ਨੇ, ਭੁਲਾਵੇਂ ਅੱਖਰ ਨੇ ਵੱਖੋ ਵੱਖ ਚੈਪਟਰ ਵੰਡੇ ਹੋਏ ਨੇ, ਹੋਰ ਕਿਹੜੇ ਚੈਪਟਰ ਜੀ? ਇਸੇ ਤਰ੍ਹਾਂ ਜਿਵੇਂ ਅਸੀਂ ਵਰਡ ਲਿਖਣੇ ਸਿੱਖਣੇ ਨੇ, ਸ਼ਬਦ ਜੋੜ ਉਹਨੂੰ ਲਿਖਣਾ ਕਿਵੇਂ ਆ, ਸ਼ਬਦ ਜੋੜ ਦੇ ਵਿੱਚ ਸਿਹਾਰੀ ਕਿੱਥੇ ਆਉਣੀ ਆ ਅਤੇ ਕਿੱਦਾਂ ਲਿਖਣੀ ਆ, ਉਹਦੇ ਲਈ ਅਸੀਂ ਨੇ ਉਹਨੂੰ ਅੱਗੇ ਉਹਦੇ ਸਭ ਚੈਪਟਰ ਬਣਾਏ ਹੋਏ ਨੇਗੇ। ਜਿਵੇਂ ਪਹਿਲਾਂ ਕੰਨਾ ਵਰਡ, ਮੁਕਤਾ ਵਰਡ, ਔਂਕੜ, ਦਲੈਂਕੜ, ਜਿਵੇਂ ਡਿਕਸ਼ਨਰੀ ਦੇ ਅਕੋਰਡਿੰਗ ਅਸੀਂ ਸਾਰੀਆਂ ਮਾਤਰਾਵਾਂ ਲੈਂਦੇ ਹੈਗੇ, ਉਹ ਸਾਰੇ ਅਸੀਂ ਲਿਖਣੇ ਉਹਦੇ 'ਚ ਦੱਸੇ ਹੋਏ ਨੇਗੇ। ਪਹਿਲਾਂ ਜਿਹੜਾ ਯੂਜ਼ਰ ਆ ਉਹਦੀ ਅਭਿਆਸ ਕਰਦਾ, ਫਿਰ ਉਹਦੀ ਅੱਗੇ ਜਾ ਕੇ ਅਸੀਂ ਆਪਸ਼ਨ ਦੇ ਵਿੱਚ ਐਕਸਰਸਾਈਜ਼ ਲੈਂਦੇ ਹੈਗੇ, ਜਿਵੇਂ ਕਿਊਜ਼ ਬਣਾਈਆਂ ਹੋਈਆਂ ਨੇਗੀਆਂ, ਉਹਦੇ 'ਚ ਬਹੁਤ ਸਾਰੇ ਸ਼ਬਦ ਆਉਂਦੇ ਜਾਂਦੇ ਨੇ। ਅੱਛਾ ਜੀ। ਉਹ ਪੂਰੇ ਕੰਪਲੀਟ ਕਰਦਾ ਜਾਂਦਾ, ਉਹਦੇ 'ਚ ਕੋਈ ਚੀਜ਼ਾਂ ਸਕਿੱਪ ਹੁੰਦੀਆਂ ਨੇਗੀਆਂ, ਸਿਹਾਰੀ ਸਕਿੱਪ ਹੁੰਦੀ ਆ, ਜਾਂ ਜੋ ਕੋਈ ਕੁਝ ਕਰੈਕਟਰ ਹੁੰਦੇ ਨੇ ਨਾਲ ਨਾਲ ਉਹਦੀ ਪਿਕਚਰ ਦਿੱਤੀ ਹੁੰਦੀ ਹੈਗੀ। ਫਿਰ ਇਸੇ ਤਰ੍ਹਾਂ ਹੀ ਕੁਝ ਪਿਕਚਰ ਔਰ ਵਰਡ ਦਾ ਕੰਬੀਨੇਸ਼ਨ ਆ, ਪਿਕਚਰ ਦੇ ਵਰਡ ਨੂੰ ਕੰਬਾਈਨ ਕਰਕੇ ਉਹਨਾਂ ਨੇ ਕਰੈਕਟ ਕਰਨਾ, ਜੇ ਕੋਈ ਇਨਕਰੈਕਟ ਕਰਦਾ ਤਾਂ ਉਹਦੇ ਨੰਬਰ ਕੱਟੇ ਜਾਂਦੇ ਨੇ। ਇਸੇ ਤਰ੍ਹਾਂ ਨਾਲ ਨਾਲ ਸਾਰਾ ਕੁਝ, ਹਾਂ, ਨਾਲ ਨਾਲ ਗੇਮਸ ਦੇ ਤੌਰ 'ਤੇ ਕੰਮ ਚੱਲਦਾ, ਉਹਦੇ ਲੈਵਲਸ ਬਣਾਏ ਹੋਏ ਨੇ 1, 2, 3, 4, 5, ਇਸ ਤਰ੍ਹਾਂ ਮੇਰੇ ਖਿਆਲ 'ਚੋਂ 250-60 ਦੇ ਕਰੀਬ ਪਿਕਚਰ ਨੇਗੀਆਂ ਜਿਹੜੀਆਂ ਵਰਡ ਦੇ ਕੰਬੀਨੇਸ਼ਨ ਨਾਲ, ਉਹਦੇ ਨਾਲ ਕੀ ਆ ਜਿਹੜੇ ਮੇਨ ਮੇਨ ਸ਼ਬਦ ਨੇਗੇ ਜਿਹੜੇ ਕਿਸੇ ਨੇ ਕਿਸੇ ਭਾਸ਼ਾ ਦੇ ਵਿੱਚ ਜ਼ਿਆਦਾ ਵਰਤੋਂ ਆ, ਉਹ ਉੱਥੇ ਨਾਲ ਨਾਲ ਅਸੀਂ ਦਿੱਤੇ ਹੋਏ ਨੇਗੇ। ਫਿਰ ਇਸ ਤਰ੍ਹਾਂ ਇਹਦੇ 'ਚ ਫਲਿੱਪ ਐਂਡ ਮੈਚ ਗੇਮ ਦਿੱਤੀਆਂ ਹੋਈਆਂ ਨੇ, ਜਿਹਦੇ 'ਚ ਉਹ ਕਰੈਕਟ ਜਿਹੜਾ ਮੈਚ ਕਰੇਗਾ, ਉਹ ਜਿਵੇਂ ਉਹਨੇ ਘਰ ਦੀ ਪਿਕਚਰ ਦੇਖੀ ਆ ਥੱਲੇ, ਫਿਰ ਉਹ ਦੂਸਰਾ ਘਰ ਮਿਲਾਏਗਾ ਉਹਦੇ ਨਾਲ। ਇਸੇ ਤਰ੍ਹਾਂ ਹੀ ਇਹਦੇ 'ਚ ਕੋਈ ਕੁਝ ਸਾਊਂਡ ਲਿਸਨ ਦੀ ਹੈਗਾ ਐਕਸਰਸਾਈਜ਼ ਨੇਗੀਆਂ, ਇੱਕ ਕਲਿੱਕ ਕਰੇਗਾ ਉਹਨੂੰ ਸਾਊਂਡ ਸੁਣਾਈ ਦੇਗੀ, ਉਹ ਸਾਊਂਡ ਫਿਰ ਉੱਥੋਂ ਕਰੈਕਟਰ ਜਿਹੜਾ ਉਹਦਾ ਉਹਨੂੰ ਸਾਊਂਡ ਨੂੰ ਰੀਪ੍ਰਜੈਂਟ ਕਰਦਾ, ਉਹਦੇ ਉੱਤੇ ਕਲਿੱਕ ਕਰੇਗਾ, ਉਹ ਸਾਊਂਡ ਕਰੈਕਟ ਉਹਨੂੰ ਯੂਜ਼ਰ ਨੂੰ ਪਤਾ ਲੱਗਿਆ ਜਾਂ ਨਹੀਂ, ਉਹਨੇ ਸਿੱਖੀ ਆ ਜਾਂ ਨਹੀਂ ਸਿੱਖੀ, ਉਹ ਵੀ ਉੱਥੋਂ ਪਤਾ ਲੱਗਦਾ, ਉਹ ਉਹਦੀ ਐਕਸਰਸਾਈਜ਼ ਹੈਗੀ ਆ। ਫਿਰ ਇਸੇ ਤਰ੍ਹਾਂ ਹੀ ਇੱਕ ਡਰੈਗ ਐਂਡ ਡਰੋਪ ਇਹਦੇ 'ਚ ਐਕਸਰਸਾਈਜ਼ ਹੈਗੀ, ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਸਕਰੀਨ 'ਤੇ ਖਿੰਡੇ ਪਏ ਨੇ, ਤੁਸੀਂ ਉਹਨਾਂ ਨੂੰ ਡਰੈਗ ਕਰਕੇ ਇੱਕ ਵਰਡ ਬਣਾਉਣਾ, ਉਹ ਬਹੁਤ ਇੰਟਰਸਟਿੰਗ ਆ, ਬੱਚੇ ਉਹਨੂੰ ਖਾਸ ਕਰਕੇ ਬਹੁਤ ਲਾਈਕ ਕਰਦੇ ਨੇ, ਅਤੇ ਉਹ ਫਿਰ ਅੱਗੇ ਲਈ ਅਗਲੀ ਪਿਕਚਰ ਦਿਖਾਈ ਦੇਵੇਗੀ, ਨਾਲ ਕੁਝ ਜਿਹੜੇ ਕਰੈਕਟਰ ਨੇ ਸਕਰੀਨ 'ਤੇ ਦਿਖਣਗੇ, ਉਹਦੇ ਨਾਲ ਵਰਡ ਬਣਾਉਂਦਾ ਜਾਂਦੇ ਆ। ਇਸ ਤਰ੍ਹਾਂ ਨਾਲ ਜਦੋਂ ਪੂਰਾ ਵਰਡ ਕੰਪਲੀਟ ਹੋ ਗਿਆ, ਨਾਲੇ ਉਹ ਟਰੂ ਦਾ ਮੈਸੇਜ ਆਏਗਾ, ਅਤੇ ਨਾਲ ਨਾਲ ਉਹ ਉਹਦਾ ਪ੍ਰੋਨਾਸ਼ੀਏਸ਼ਨ ਵੀ ਦੱਸੇਗਾ ਕਿ ਇਹ ਵਰਡ ਦਾ ਕੀ ਬਣਦਾ, ਪੂਰਾ ਕਰੈਕਟਲੀ ਕੀ ਬਣਦਾ। ਜਿੰਨਾ ਚਿਰ ਉਹ ਕਰੈਕਟਲੀ ਨਹੀਂ ਬਣੇਗਾ, ਉਹ ਜਿਹੜੇ ਕਰੈਕਟਰ ਨੇ ਉਹ ਆਪਣੀ ਸੀਕੁਐਂਸ ਦੇ ਵਿੱਚ ਨਹੀਂ ਆਉਂਦੇ ਹੈਗੇ। ਇਸੇ ਤਰ੍ਹਾਂ ਹੀ ਕੁਝ ਸਟੋਰੀਜ਼ ਨੇ ਸਾਡੀਆਂ, ਉਹ ਸਟੋਰੀ 3 ਕੁ ਸਟੋਰੀ ਦਾ ਐਕਸਪੈਰੀਮੈਂਟ ਇਹਦੇ ਵਿੱਚ ਅਸੀਂ ਕੀਤਾ, ਉਹ 3 ਸਟੋਰੀ ਇਹਦੇ ਵਿੱਚ ਨੇ, ਉਹਨੂੰ ਵੀ ਤੁਸੀਂ ਸੁਣ ਸਕਦੇ ਹੋਗੇ। ਇਹ ਜਿਵੇਂ ਜਿਹੜੀ ਕੱਛੂ ਵਾਲੀ ਸਟੋਰੀ ਹੈਗੀ, ਉਹ ਅਸੀਂ ਇਹਦੇ 'ਚ ਐਨੀਮੇਟ ਕਰਕੇ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ। ਇਸੇ ਤਰ੍ਹਾਂ ਹੀ ਪਿਆਸਾ ਕਾਂ ਵਾਲੀ ਸਟੋਰੀ ਆ, ਉਹ ਵੀ ਅਸੀਂ ਐਨੀਮੇਟ ਕਰਕੇ ਇਹਦੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਆ। ਸਵਾਰਥੀ ਮਿੱਤਰ ਵਾਲੀ, ਇਸ ਤਰ੍ਹਾਂ 3 ਸਟੋਰੀਆਂ ਅਸੀਂ ਕਵਰ ਕੀਤੀਆਂ ਨੇ ਇਹਦੇ 'ਚ। ਫਿਰ ਇਸੇ ਤਰ੍ਹਾਂ ਹੀ ਦਿਨਾਂ ਦੇ ਨਾਮ, ਸਬਜ਼ੀਆਂ ਦੇ ਨਾਮ, ਫਲਾਂ ਦੇ ਨਾਮ, ਮਹੀਨਿਆਂ ਦੇ ਨਾਮ, ਉਹ ਸਾਰਾ ਕੁਝ ਇਹਦੇ 'ਚ ਅਸੀਂ ਸੀਡੀ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਹੁਣ ਜਿਹੜਾ ਤੁਸੀਂ ਇਹ ਪੰਜਾਬੀ ਗਿਆਨ ਜਿਸ ਦਾ ਨਾਮ ਹੈ,
ਤੁਸੀਂ ਜਿਹੜੀ ਬਣਾਈ ਹੈ ਇਹ ਤੁਸੀਂ ਬਣਾਈ ਹੈ, ਡਿਵੈਲਪ ਕਿਸ ਨੇ ਕੀਤਾ ਜੀ? ਡਿਵੈਲਪ ਸਾਡੀ ਇੱਕ ਟੀਮ ਲੱਗੀ ਹੋਈ ਹੈਗੀ। ਅੱਛਾ। ਜੇ ਇਹਦੇ ਵਿੱਚ ਮੈਂ ਖਾਸ ਤੌਰ 'ਤੇ ਇਨਵੋਲਵ ਹਾਂ, ਮੇਰਾ ਦੋਸਤ ਚਰਨਜੀਵ ਉਹ ਵੀ ਖਾਸ ਤੌਰ 'ਤੇ ਇਨਵੋਲਵ ਨੇ, ਸਾਡੇ ਡਿਪਾਰਟਮੈਂਟ ਦੇ ਕੁਝ ਟੀਚਰ ਵੀ ਨੇਗੇ ਜਾਂ ਜਿਨ੍ਹਾਂ ਦਾ ਪੰਜਾਬੀ ਪੜ੍ਹਾਉਣ ਦਾ ਤਜ਼ਰਬਾ, ਜਿਹੜੇ ਬਿਲਕੁਲ ਹੀ ਮੁੱਢਲੀ ਸਟੇਜ ਦੇ ਉੱਤੇ ਪ੍ਰਾਈਮਰ ਸਿੱਖਣ ਲਈ ਸਾਡੇ ਕੋਲ ਖਾਸ ਕਰਕੇ ਕੁਝ ਫੋਰਨਰ ਵਿਦਿਆਰਥੀ ਆ ਜਾਂਦੇ ਨੇਗੇ ਜਿਨ੍ਹਾਂ ਨੂੰ ਪੰਜਾਬੀ ਦਾ ਬਿਲਕੁਲ ਵੀ ਗਿਆਨ ਨਹੀਂ ਹੁੰਦਾ, ਕਿਉਂਕਿ ਇੱਕ ਤਾਂ ਸਾਡੇ ਵਿਦਿਆਰਥੀ ਨੇ ਜਿਹੜੇ ਸਾਡੇ ਇਨਵਾਇਰਮੈਂਟ 'ਚ ਰਹਿੰਦੇ ਨੇ, ਅਸੀਂ ਉਹਨਾਂ ਨੂੰ ਪੰਜਾਬੀ ਸਿਖਾਉਣੀ ਆ, ਉਹਨਾਂ ਨੂੰ ਪੰਜਾਬੀ ਸਿਖਾਉਣ ਦੇ ਕੁਝ ਹੋਰ ਤਰ੍ਹਾਂ ਦੇ ਤਰੀਕੇ ਨੇਗੇ। ਪਰ ਜਿਹੜੇ ਦੂਜੀ ਭਾਸ਼ਾ 'ਚੋਂ ਆਉਂਦੇ ਨੇਗੇ ਜਿਨ੍ਹਾਂ ਨੂੰ ਪੰਜਾਬੀ ਇਨਵਾਇਰਮੈਂਟ ਜਾਂ ਪੰਜਾਬੀ ਕਲਚਰ ਬਾਰੇ ਵੀ ਨਹੀਂ ਪਤਾ, ਉਹਨਾਂ ਦੇ ਕੁਝ ਹੋਰ ਐਕਸਪੈਰੀਮੈਂਟ ਨੇ। ਹਾਲਾਂਕਿ ਇਸ ਸੀਡੀ ਨੂੰ ਅਸੀਂ ਹੋਰ ਅਪਡੇਟ ਕਰਨਾ ਚਾਹੁੰਦੇ ਹਾਂ, ਮੋਡੀਫਾਈ ਕਰ ਦੇਵਾਂਗੇ। ਤੁਸੀਂ ਇਹੀ ਦੱਸਦੇ ਹੋ ਹੁਣ ਇੱਕ ਤਾਂ ਪੰਜਾਬ ਦੇ ਵਿੱਚ ਬੱਚਾ ਜੰਮਿਆ, ਕਾਨਵੈਂਟ ਸਕੂਲ ਚਲਾ ਗਿਆ, ਪਰ ਉਹਨੂੰ ਪੰਜਾਬੀ ਮਾਹੌਲ ਦਾ ਪਤਾ, ਉਹ ਘਰ ਵੇਖ ਕੇ ਉਹਨੂੰ ਪਤਾ ਘਰ ਹੈ, ਉਹਨੂੰ ਪਾਪਾ ਦੇਖ ਕੇ ਪਤਾ ਹੈ ਪਾਪਾ ਹੈ, ਚਾਚਾ ਦੇਖ ਕੇ ਪਤਾ ਚਾਚਾ ਹੈ, ਝਾੜੂ ਦੇਖ ਕੇ ਪਤਾ ਝਾੜੂ ਹੈ। ਇੱਕ ਬੱਚਾ ਕਿਸੇ ਬਾਹਰਲੇ ਮੁਲਕ ਤੋਂ ਚਲਾ ਗਿਆ, ਉਹਦੇ ਵਾਸਤੇ ਕਿੰਨੀ ਕੁ ਮਦਦਗਾਰ ਹੈ? ਉਹਦੇ ਲਈ ਕਾਫੀ ਹੱਦ ਤੱਕ ਸਕਸੈਸ ਹੁੰਦੀ ਹੈਗੀ, ਕਿਉਂਕਿ ਅਸੀਂ ਤਾਂ ਫੀਡਬੈਕ ਦੇ ਅਨੁਸਾਰ ਕੰਮ ਕਰਨਾ, ਸਾਡੇ ਕੋਲ ਬਹੁਤ ਸਾਰੀ ਫੀਡਬੈਕ ਆਈ ਵੀ ਹੈ ਜਿਹੜੀ ਚਾਹੁੰਦੇ ਨੇ ਵੀ ਸੀਡੀ ਦੇ ਵਿੱਚ ਹੋਰ ਆਹ ਚੀਜ਼ਾਂ ਅਪਡੇਟ ਕੀਤੀਆਂ ਜਾਣਾ। ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨੂੰ ਅਪਡੇਟ ਕਰ ਲਿਆ ਜਾਵੇ, ਪਰ ਕਾਫੀ ਹੱਦ ਤੱਕ ਸਾਨੂੰ ਬਹੁਤ ਹੈਲਪਫੁਲ ਹੁੰਦੀ ਹੈਗੀ। ਹੁਣ ਇਹ ਜਿਹੜੀ ਪੰਜਾਬੀ ਗਿਆਨ ਜਿਹੜੇ ਤੁਸੀਂ ਇਹ ਬਣਾਈ ਹੋਈ ਹੈ, ਮੈਨੂੰ ਇਹ ਦੱਸਿਓ, ਤੁਸੀਂ ਦੱਸ ਰਹੇ ਹੋ ਕਾਪੀ ਕਰ ਲੈਂਦਾ ਕੋਈ, USB 'ਤੇ ਪਾ ਕੇ ਲੈ ਜਾਂਦਾ ਕੋਈ, ਗਾਂ ਫਿਰ ਹੋਰ ਕਾਪੀਆਂ ਕਰਕੇ ਉਹ ਉਸ ਨੂੰ ਆਪਾਂ ਛੱਡ ਲਈਏ, ਕੋਈ ਯੂਨੀਵਰਸਿਟੀ ਕੋਲ ਜਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਇਹਦਾ ਹੈ ਕਿ ਕਿੰਨੀਆਂ ਕੁ ਤੁਸੀਂ ਹੁਣ ਤੱਕ ਬਣਾਈਆਂ ਸੀ ਜਾਂ ਕਿੰਨੀਆਂ ਕੁ ਵੇਖ ਚੁੱਕੀਆਂ ਨੇ ਜਾਂ ਕਿੰਨੀਆਂ ਕੁ ਵੰਡ ਚੁੱਕੇ ਹੋ? 1000 CD ਅਸੀਂ ਤਿਆਰ ਕਰਵਾਈ ਸੀ ਇਹਦੀ। ਅੱਛਾ ਜੀ। ਉਹ ਹੁਣ ਤਾਂ ਖਤਮ ਹੋ ਚੁੱਕੀ ਆ, ਕੁਝ ਪੰਜਾਬ ਸਰਕਾਰ ਨੇ ਇਹਦੀਆਂ ਸੀਡੀਆਂ ਤਿਆਰ ਕਰਵਾਈਆਂ ਸੀਗੀਆਂ, ਉਹ ਵੀ ਲਗਭਗ ਸਮਾਪਤ ਨੇ। ਅਤੇ ਇੱਕ ਰਜਿੰਦਰ ਗੱਬੀ ਆਸਟ੍ਰੇਲੀਆ ਦੀ ਕੋਈ ਸੰਸਥਾ ਚਲਾਉਂਦੇ ਨੇਗੇ, ਉਹਨਾਂ ਨੇ ਕਾਫੀ ਸਾਰੀਆਂ ਸੀਡੀਆਂ ਤਿਆਰ ਕਰਾਈਆਂ। ਇਸੇ ਤਰ੍ਹਾਂ ਜੋਗਿੰਦਰ ਸਿੰਘ ਜੌਲ ਨੇਗੇ, ਕਲਕੱਤਾ ਵਿਖੇ ਕੰਮ ਕਰਦੇ ਨੇਗੇ। ਅੱਛਾ ਜੀ। ਉਹਨਾਂ ਦਾ ਆਪਣਾ ਬਿਜ਼ਨਸ ਵੀ ਹੈ ਨਾਲ ਨਾਲ, ਇਸ ਤਰ੍ਹਾਂ ਉਹ ਪੰਜਾਬੀ ਭਾਸ਼ਾ ਲਈ ਕੁਝ ਐਕਟਿਵ ਨੇਗੇ ਕਿ ਕੰਮ ਕਰਦੇ ਨੇ। ਉਹਨਾਂ ਨੂੰ CD ਪਸੰਦ ਆਈ, ਉਹਨਾਂ ਨੇ ਵੀ CD ਦੀਆਂ ਕਾਫੀ ਸਾਰੀ ਕਾਪੀਆਂ ਕਰਾ ਕੇ ਜਿਹੜੀਆਂ ਸਾਡੀ ਨੌਲੇਜ ਦੇ ਵਿੱਚ ਨੇਗੇ, ਸਾਡੇ ਅਨੁਸਾਰ ਜਿਨ੍ਹਾਂ ਨੇ ਸਾਡੇ ਤੋਂ ਇਹਦਾ CD ਦਾ ਰੈਪਰ ਤਿਆਰ ਕਰਾਇਆ ਜਾਂ ਡਿਜੀਟਲ ਫਾਰਮ ਦੇ ਵਿੱਚ ਸਾਡੇ ਤੋਂ ਮੰਗੀ ਆ। ਇਸ ਤਰ੍ਹਾਂ ਕਾਫੀ ਸਾਰੇ ਹੋਰ ਵੀ ਲੋਕ ਨੇ ਜਿਹੜੇ ਸਾਡੇ ਤੋਂ CD ਦੀ ਇਜਾਜ਼ਤ ਲੈ ਲੈਂਦੇ ਨੇਗੇ। ਸਾਡੇ ਅਸੀਂ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਹਨਾਂ ਨੂੰ ਕਦੇ ਇੱਦਾਂ ਬਹੁਤ ਫਾਰਮੈਲਿਟੀ 'ਚ ਨਹੀਂ ਪੈਂਦੇ, ਅਤੇ ਉਹਨਾਂ ਨੂੰ ਈਜ਼ੀਲੀ ਕਹਿ ਦਿੰਦੇ ਤੁਸੀਂ ਯੂਨੀਵਰਸਿਟੀ ਦਾ ਸਾਡੀ ਦਾ ਲੋਗੋ ਰੱਖਣਾ, ਨਾਮ ਯੂਨੀਵਰਸਿਟੀ ਦਾ ਰਹੇਗਾ, ਅਤੇ ਤੁਸੀਂ ਇਹ CD ਤਿਆਰ ਕਰਾ ਕੇ ਇਹਨੂੰ ਵੰਡ ਸਕਦੇ ਹੋਗੇ। ਹੁਣ ਬੇਸਿਕਲੀ ਇਹਦਾ ਮਕਸਦ ਨੋਨ ਪ੍ਰੋਫਿਟੇਬਲ ਆ, ਬੇਸਿਕਲੀ ਇਸ ਦਾ ਮਕਸਦ ਲੋਕਾਂ ਤੱਕ ਬਹੁਤਿਆਂ ਤੱਕ ਪੰਜਾਬੀ ਪੜ੍ਹਾਉਣਾ ਅਤੇ ਉਹਨਾਂ ਨੂੰ ਪੰਜਾਬੀ ਦਾ ਗਿਆਨ ਦੇਣਾ। ਬਿਲਕੁਲ ਬਿਲਕੁਲ। ਹੁਣ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਪਹਿਲਾਂ ਪੰਜਾਬੀ PDA ਦੀ ਤੁਸੀਂ ਗੱਲ ਕਰ ਰਹੇ ਸੀ, ਮੰਨ ਲਓ ਮੈਂ ਪੰਜਾਬੀ PDA 'ਤੇ ਕੋਈ ਲੇਖ ਖੋਲ੍ਹ ਲਿਆ, ਕੋਈ ਆਰਟੀਕਲ ਖੋਲ੍ਹ ਲਿਆ, ਮੈਨੂੰ ਚੰਗਾ ਲੱਗਿਆ, ਪਰ ਮੇਰੇ ਕੋਲ ਸਮਾਂ ਘੱਟ ਸੀ, ਮੈਂ ਉਹਨੂੰ ਪੜ੍ਹ ਨਹੀਂ ਸਕਿਆ, ਕਿ ਦੁਬਾਰਾ ਮੈਨੂੰ ਫਿਰ ਉਹ ਸਾਰੀ ਸਰਚ ਦੇ ਥਰੂ ਜਾਣਾ ਪਏਗਾ, ਕੀ ਕਰਨਾ ਪਏਗਾ? ਆਪਣੀ ਗੱਲ ਥੋੜ੍ਹੀ ਜਿਹੀ ਉਹ ਵਿਚਕਾਰ ਸੀਗੀ। ਇੱਕ ਤਾਂ ਪੰਜਾਬੀ PDA ਦੇ ਵਿੱਚ ਮੰਨ ਲਓ ਦੋ ਪੋਰਸ਼ਨ ਨੇ ਯੂਜ਼ਰ ਦੇ ਲਈ, ਇੱਕ ਤਾਂ ਯੂਜ਼ਰ ਆਇਆ, ਉਹਨੇ ਫਾਈਂਡ ਕੀਤਾ, ਡਾਟਾ ਪੜ੍ਹਿਆ, ਚਲਾ ਗਿਆ, ਸਮੱਗਰੀ ਦੇਖੀ, ਦੈਟਸ ਓਕੇ। ਇੱਕ ਉਹ ਚਾਹੁੰਦਾ ਵੀ ਮੈਂ ਇੱਥੇ ਜਿਹੜੇ ਆਰਟੀਕਲ ਨੇ ਇਹਨਾਂ ਬਾਰੇ ਆਪਣੀ ਕੋਈ ਰਾਏ ਵੀ ਦੇਵਾਂ, ਤਾਂ ਉਹਦੇ ਲਈ ਉਹ ਰਜਿਸਟ੍ਰੇਸ਼ਨ ਕਰਾਏਗਾ। ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਥੋੜ੍ਹਾ ਸਾਨੂੰ ਇਹ ਹੋ ਜਾਂਦਾ ਵੀ ਇਹ ਯੂਜ਼ਰ ਕੌਣ ਆ, ਕਿੱਥੋਂ ਆ, ਅਤੇ ਇਹਨੇ ਕੀ ਇਹਦੀ ਡਿਮਾਂਡ ਕੀ ਆ ਗਈ ਉੱਥੇ। ਹਾਂ, ਰਜਿਸਟਰ ਹੋਣ ਵਾਸਤੇ ਕੀ ਚਾਹੀਦਾ? ਉਹਦੇ ਲਈ ਕੁਛ ਨਹੀਂ, ਉਹਦੇ ਲਈ ਉਹ ਆਪਣਾ ਨਾਮ ਦੇਵੇਗਾ, ਫੋਨ ਨੰਬਰ ਦੇਵੇਗਾ, ਈਮੇਲ ਦੇਵੇਗਾ, ਕੰਟਰੀ ਦੇਵੇਗਾ, 4 ਆਪਸ਼ਨ ਦੇ ਕੇ ਉਹ ਰਜਿਸਟਰਡ ਹੋ ਜਾਏਗਾ। ਅੱਛਾ ਜੀ। ਅਤੇ ਉਹਦੇ ਬਾਅਦ ਦੇ ਵਿੱਚ ਅਸੀਂ ਉਹਦੀ ਈਮੇਲ ਵੈਰੀਫਾਈ ਕਰ ਲੈਂਦੇ ਹਾਂ ਪੋਰਟਲ ਦੇ ਥਰੂ। ਅੱਛਾ ਜੀ। ਅਤੇ ਉੱਥੇ ਉਹ ਆਪਣਾ ਕਮੈਂਟ ਦੇ ਸਕਦਾ, ਜੇ ਉਹਨੂੰ ਲੱਗਦਾ ਇਹ ਕੋਈ ਆਰਟੀਕਲ ਉਹਨੇ ਦੇਖਿਆ ਉਸ ਦੇ ਵਿੱਚ ਵਾਧੇ ਦੀ ਜ਼ਰੂਰਤ ਆ, ਕਿਉਂਕਿ ਪੰਜਾਬੀ PDA ਦੇ ਉੱਤੇ ਕਿਸੇ ਵੀ ਕੀਵਰਡ ਬਾਰੇ ਜਾਂ ਕਿਸੇ ਹੈੱਡ ਵਰਡ ਬਾਰੇ ਉਹਦੇ ਬਾਰੇ 2-4 ਲਾਈਨਾਂ ਤੋਂ ਲੈ ਕੇ 5-7-10 ਪੇਜ ਤੱਕ ਦੀ ਜਾਣਕਾਰੀ ਆ। ਅੱਛਾ। ਉਹ ਕੋਈ ਲਿਮਿਟ ਨਹੀਂ ਹੈਗੀ, ਛੋਟੀ ਹੈ ਜਾਂ ਵੱਡੀ ਆ, ਬਹੁਤ ਸਾਰੀ ਜਾਣਕਾਰੀ ਇਹ ਹੈ ਜਿਹੜੀ ਹਲੇ ਹੋਰ ਉੱਥੇ ਉਹਨੂੰ ਮੋਡੀਫਾਈ ਕਰਨ ਦੀ ਜ਼ਰੂਰਤ, ਉਹਨੂੰ ਵਾਧਾ ਕਰਨ ਦੀ ਉਹਦੇ 'ਚ ਜ਼ਰੂਰਤ ਆ। ਮੰਨ ਲਓ ਹੁਣ ਕੋਈ ਉਹ ਵੀ ਸਮੇਂ ਮੰਨ ਲਓ ਹੁਣ 50-100-200 ਸ਼ਬਦਾਂ ਦਾ ਕੁਛ ਲਿਖਿਆ ਹੋਇਆ, ਗੁੰਜਾਇਸ਼ ਹੈ ਕਿ ਕੱਲ੍ਹ ਨੂੰ 5-10 ਸਫ਼ਿਆਂ ਤੱਕ? ਹਾਂ ਬਿਲਕੁਲ, ਗੁੰਜਾਇਸ਼ ਹੈ, ਉਹ ਸਾਡੇ ਕੋਲ ਆਪਸ਼ਨਾਂ ਆਉਂਦੀਆਂ ਵੀ ਨੇ, ਸਾਨੂੰ ਮੇਲ ਵੀ ਆਉਂਦੀਆਂ ਨੇਗੀਆਂ, ਦੱਸਦੇ ਵੀ ਨੇ ਯੂਜ਼ਰ ਜਿਹੜੇ ਵਰਤ ਰਹੇ ਨੇਗੇ, ਉਹ ਦੱਸਦੇ ਵੀ ਇਹਦੇ 'ਚ ਹੋਰ ਮੋਡੀਫਾਈ ਕੀਤਾ ਜਾ ਸਾਡੇ ਕੋਲ ਜਾ ਵੀ ਸਾਡੇ ਕੋਲ ਇਹਦੇ ਬਾਰੇ ਸਾਡੇ ਕੋਲ ਹੋਰ ਜਾਣਕਾਰੀ ਹੈਗੀ ਆ, ਉਹ ਉੱਥੇ ਵੀ ਪਾ ਸਕਦੇ ਨੇ। ਅੱਛਾ। ਜੇ ਸਾਨੂੰ ਲੱਗਦਾ ਵੀ ਇਹ ਜਾਣਕਾਰੀ ਦਰੁਸਤ ਆ ਤਾਂ ਅਸੀਂ ਉਹਨੂੰ ਮੇਨ ਪੋਰਟਲ ਦੇ ਵਿੱਚ ਵੀ ਪਾ ਦਿੰਦੇ ਹੈਗੇ। ਅਤੇ ਜਿਸ ਇੱਕ ਆਰਟੀਕਲ ਦੇ ਆਪਸ਼ਨਾਂ ਵੀ ਹੋ ਸਕਦੀਆਂ ਨੇਗੀਆਂ, ਐਗਜ਼ਾਮਪਲ ਦੇ ਤੌਰ 'ਤੇ ਇੱਕ ਸਾਨੂੰ ਜਾਣਕਾਰੀ ਕਿਸੇ ਪਿੰਡ ਬਾਰੇ ਮਿਲ ਗਈ ਆ, ਪਹਿਲਾਂ ਉੱਥੇ ਪਈ ਹੈਗੀ, ਦੂਜੀ ਕਿਸੇ ਨੇ ਹੋਰ ਨੇ ਭੇਜੀ ਆ, ਉਹ ਥੋੜ੍ਹੀ ਜਿਹੀ ਉਹਨੂੰ ਜ਼ਿਆਦਾ ਐਕਸਪਲੇਨ ਕਰ ਰਹੀ ਹੈਗੀ, ਉਹਦੇ ਬਾਰੇ ਜ਼ਿਆਦਾ
ਜਾਣਕਾਰੀ ਹੋਰ ਵਾਧਾ ਹੋ ਰਿਹਾ ਤਾਂ ਅਸੀਂ ਉਹਦੇ ਨਾਂ 'ਤੇ ਪੈਰਲਰ ਦੋ ਜਾਣਕਾਰੀਆਂ ਵੀ ਪਾ ਦਿੰਦੇ ਹਾਂ। ਇਹ ਨਹੀਂ ਕਿ ਉਹ ਪਹਿਲੀ ਨੂੰ ਅਮੈਂਡ ਕਰ, ਹਾਂ ਇਹ ਵੀ ਨਹੀਂ ਜ਼ਰੂਰੀ ਪਹਿਲੀ ਨੂੰ ਅਮੈਂਡ ਕਰੀਏ, ਪਹਿਲੀ ਐਜ ਇਟ ਇਜ਼ ਰਹੇਗੀ, ਉਹਦੇ ਨਾਲ ਹੋਰ ਇਨਫੋਰਮੇਸ਼ਨ ਜੋੜੀ ਜਾ ਸਕਦੀ ਆ, ਉਹਦੇ ਨਾਲ ਅੱਗੇ ਪੈਰਲਰ ਸਟੱਡੀ ਵੀ ਹੋ ਜਾਂਦੀ ਹੈ ਕਿ ਇਹਦੇ 'ਚ ਇਹ ਵਾਧਾ ਹੋਇਆ, ਕੰਪੈਰੀਟਿਵ ਸਟੱਡੀ ਵੀ ਹੋ ਸਕਦੀ ਹੈ। ਜਿਵੇਂ ਸਾਡੇ ਕੋਲ ਯੂਨੀਵਰਸਿਟੀ ਦੇ ਕੋਰਸ ਨੇ ਕਈ, ਇੱਕ ਦੇ ਵਿੱਚ ਥੋੜ੍ਹੀ ਇਨਫੋਰਮੇਸ਼ਨ ਹੈ, ਇੱਕ 'ਚ ਵਾਧਾ, ਜਿਵੇਂ ਉਹਦੇ ਉਹ ਪੈਰਲਰ ਸਟੱਡੀ ਵੀ ਹੁੰਦੀ ਹੈ ਵੀ ਇਹ ਕੋਰਸ ਦੇ ਵਿੱਚ ਇਹ ਕਿਹਾ ਗਿਆ। ਹੁਣ ਅਸੀਂ ਮਹਾਨ ਕੋਰਸ 'ਤੇ ਸ਼ੁਰੂ ਕੀਤਾ ਹੋਇਆ ਕੰਮ, ਉਹਦੇ 3 ਜੁਲਦਾਂ ਅਸੀਂ ਉੱਥੇ ਅਪਡੇਟ ਕਰ ਚੁੱਕੇ ਹੈਗੇ। ਕੋਸ਼ਿਸ਼ ਆ ਵੀ ਉਹ ਜਿੰਨਾ ਹੋ ਸਕੇ ਉਹ ਦਰੁਸਤ ਪਾਇਆ ਜਾਵੇ, ਉਹਦੇ 'ਚ ਕਾਫੀ ਸਾਰੀਆਂ ਸਮੱਸਿਆਵਾਂ ਸਾਨੂੰ ਦਿੱਕਤ ਕਰਨ ਸਾਹਮਣਾ ਕਰਨਾ ਪੈ ਰਿਹਾ। ਜੇ ਬਹੁਤ ਸਾਰੇ ਕਰੈਕਟਰ ਮਹਾਨ ਕੋਰਸ ਦੇ ਵਿੱਚ ਅਜਿਹੇ ਨੇ ਜਿਹੜੇ ਕਦੇ ਵੀ ਗੁਰਮੁਖੀ ਲਿਪੀ ਦਾ ਪਾਰਟ ਨਹੀਂ ਰਹੇ, ਭਾਗ ਨਹੀਂ ਰਹੇ, 18 ਅਸੀਂ ਆਈਡੈਂਟੀਫਾਈ ਕਰੇ ਨੇਗੇ, ਉਹ ਕਿਸੇ ਹੋਰ ਸਿਸਟਮ ਦੇ ਵਿੱਚ ਐਗਜਿਸਟ ਨਹੀਂ ਕਰਦੇ ਹੈਗੇ। ਉਹਨਾਂ ਲਈ ਸਾਨੂੰ ਖਾਸੀ ਤਰੱਦਦ ਕਰਨੀ ਪਈ ਹੈਗੀ। ਉਹ ਹੁਣ ਇਹ ਵੀ ਆ ਵੀ ਔਨਲਾਈਨ ਸਾਡੀ ਵੈਬਸਾਈਟ 'ਤੇ ਠੀਕ ਦਿਖਦੇ ਨੇਗੇ, ਜਦੋਂ ਜ਼ਿਆਦਾ ਮਟੀਰੀਅਲ ਆ ਜੇ ਕਿਸੇ, ਵੈਸੇ ਤਾਂ ਅਸੀਂ ਕਾਪੀ ਪੇਸਟ ਨੂੰ ਸਟੋਪ ਕੀਤਾ, ਰੋਕਿਆ ਹੋਇਆ, ਜੇ ਕੋਈ ਕਰ ਵੀ ਲੈਂਦਾ ਫਿਰ ਉਹਦੇ ਕੰਪਿਊਟਰ 'ਚ ਉਹ ਨਹੀਂ ਠੀਕ ਦਿਖਣਗੇ। ਅੱਛਾ, ਬਹੁਤ ਅੱਛਾ। ਹਾਂ ਇਸ ਤਰ੍ਹਾਂ ਦੇ ਹੈਗਾ ਅਤੇ ਆਪਣੀ ਦੂਸਰੀ, ਹਾਂ ਦੂਜੇ ਜਦੋਂ ਰਜਿਸਟਰਡ ਮੈਂਬਰ ਹੋ ਗਿਆ ਤਾਂ ਉੱਥੇ ਇੱਕ ਆਪਸ਼ਨ ਆ ਅਤੇ ਤੁਸੀਂ ਜਿਹੜਾ ਆਰਟੀਕਲ ਪੜ੍ਹਿਆ ਉਹ ਆਪਣੇ ਖਾਤੇ 'ਚ ਸੰਭਾਲ ਸਕਦੇ ਹੋਗੇ। ਅੱਛਾ, ਉਹ ਤੁਸੀਂ ਜਦੋਂ ਨੈਕਸਟ ਟਾਈਮ ਲੌਗਇਨ ਕਰੋਗੇ ਤਾਂ ਜਿਹੜਾ ਤੁਹਾਡਾ ਉਹ ਪਾਰਟ ਆ ਜਿੱਥੇ ਤੁਸੀਂ ਖਾਤੇ 'ਚ ਐਂਟਰੀਆਂ ਸੰਭਾਲੀਆਂ ਹੋਈਆਂ ਨੇਗੀਆਂ, ਤੁਸੀਂ ਦੁਬਾਰਾ ਜਾ ਕੇ ਉਹਨੂੰ ਲੱਭਣ ਦੀ ਜ਼ਰੂਰਤ ਨਹੀਂ, ਉੱਥੇ ਕਲਿੱਕ ਕਰੋਗੇ ਤਾਂ ਪੜ੍ਹ ਸਕਦੇ ਹੋ। ਕਿਸੇ ਵੀ ਕੰਪਿਊਟਰ 'ਤੇ ਜਾ ਕੇ ਬਾਅਦ, ਜ਼ਰੂਰੀ ਨਹੀਂ ਉਸ ਕੰਪਿਊਟਰ ਦੇ ਉੱਤੇ, ਉਸ 'ਤੇ ਲੌਗਇਨ ਕਰੋਗੇ ਤੁਹਾਡੇ ਖਾਤੇ ਦੇ ਵਿੱਚ ਹੋਣਗੇ। ਡਾਕਟਰ ਸਾਹਿਬ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਸਮੇਂ ਦੀ ਲਗਭਗ ਸਮਾਪਤੀ ਹੋ ਗਈ ਹੈ, ਆਪਣੇ ਕੋਲ ਲਗਭਗ 30 ਸੈਕਿੰਡ ਦਾ ਸਮਾਂ ਹੋਰ ਬਚਿਆ ਜੀ। ਜਾਂਦੇ ਜਾਂਦੇ ਜਿਹੜੇ ਪੰਜਾਬੀ ਨਾਲ ਮੁਹੱਬਤ ਰੱਖਦੇ ਨੇ, ਜਿਹਨਾਂ ਨੂੰ ਮੋਹ ਹੈ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ? ਇੱਕ ਤਾਂ ਇਹ ਵੀ ਪੰਜਾਬੀ ਦੇ ਲਈ ਜੋ ਕੰਪਿਊਟਰ ਟੈਕਨੋਲੋਜੀ ਵਰਤੋਂ ਕਰਨੀ ਹੈਗੀ ਉਹ ਤੁਸੀਂ ਅਵੇਅਰ ਹੋ ਕੇ ਕਰਨੀ ਹੈਗੀ। ਜਿਹੜੀ ਅਸੀਂ ਇੱਕ ਪਹਿਲਾ ਸਿਸਟਮ ਸੀ ਨਾ, ਉਹਨੂੰ ਕਿਸੇ ਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਲਈ ਕੰਮ ਕਮੀ ਕਰ ਦਿਓਗੇ, ਉਹਨਾਂ ਨੇ ਤੁਹਾਨੂੰ ਇੱਕ ਫੌਂਟ ਦਿੱਤਾ ਅਤੇ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਘੱਟੋ ਘੱਟ ਦੀ ਪਿਰਤਾ ਜਿਹੜੀ ਉਹਨੂੰ ਘਟਾਉਣਾ ਚਾਹੀਦਾ, ਸਾਨੂੰ ਦੇਖਣਾ ਚਾਹੀਦਾ ਵੀ ਕਿਹੜੀ ਵਿਧੀ ਆ। ਮੈਂ ਤਾਂ ਇਹੀ ਕਹਾਂਗਾ ਕਿ ਯੂਨੀਕੋਡ ਸਪੋਰਟਡ ਜਿਹੜੇ ਫੌਂਟ ਨੇ ਉਹ ਵਰਤੇ ਜਾਣ, ਅਤੇ ਗੁਰਮੁਖੀ ਜਿਹੜਾ ਕੀਬੋਰਡ ਆ ਉਹ ਇਨਸਕ੍ਰਿਪਟ ਦੀ ਵਰਤੋਂ ਕੀਤੀ ਜਾਵੇ। ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਕੰਪਿਊਟਰ 'ਤੇ ਕੰਮ ਕਰਨਾ ਪੰਜਾਬੀ ਲਈ, ਉਹਨਾਂ ਲਈ ਇਹ ਸਭ ਤੋਂ ਇਹਨੂੰ ਸਾਨੂੰ ਵਰਤਣਾ ਹੀ ਪੈਣਾ। ਜਦੋਂ ਮਰਜ਼ੀ ਅਸੀਂ ਇਹਨੂੰ ਸ਼ੁਰੂ ਕਰ ਲਈਏ, ਅੱਜ ਕਰ ਲਈਏ ਚਾਹੇ ਕੱਲ੍ਹ ਕਰ ਲਈਏ, ਇਹ ਸਾਡੇ ਲਈ ਇਹ ਜ਼ਰੂਰਤ ਆ ਸਾਡੀ। ਡਾਕਟਰ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ, ਮੈਨੂੰ ਪਤਾ ਹੈ ਕਿ ਥੋੜ੍ਹੇ ਸਮੇਂ ਵਾਸਤੇ ਤੁਸੀਂ ਕੈਨੇਡਾ ਦੀ ਫੇਰੀ 'ਤੇ ਆਏ ਸਨ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਤੁਸੀਂ ਪੰਜਾਬੀਅਤ ਵਾਸਤੇ, ਪੰਜਾਬੀ ਵਾਸਤੇ ਇਵੇਂ ਕੰਮ ਕਰਦੇ ਰਹੋ ਅਤੇ ਤੁਹਾਨੂੰ ਹੱਲਾਸ਼ੇਰੀ ਮਿਲਦੀ ਰਹੇ। ਫਿਰ ਕਦੇ ਕੈਨੇਡਾ ਫੇਰੀ 'ਤੇ ਆਏ ਅਸੀਂ ਚਾਹਾਂਗੇ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਕਰੀਏ। ਧੰਨਵਾਦ। ਬਹੁਤ ਸ਼ੁਕਰੀਆ ਜੀ ਪ੍ਰਾਈਮ ਏਸ਼ੀਆ ਟੀਵੀ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ, ਅਤੇ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਕਿਉਂਕਿ ਮੈਂ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਵੀ ਇਹ ਕੰਮ ਹੋਇਆ ਹੋਇਆ ਇਹ ਸਾਰਾ ਪੰਜਾਬੀ ਵਰਤੋਂ ਘਰਾਂ ਤੱਕ ਜਾਵੇ। ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈਗੀ ਤਾਂ ਉਹ ਸਾਡੇ ਇਸ ਵੈਬਸਾਈਟ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ, ਅਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਦਾ ਅਸੀਂ ਹੱਲ ਕਰ ਸਕੀਏ, ਜਲਦੀ ਤੋਂ ਜਲਦੀ ਅਸੀਂ ਕਰਕੇ ਉੱਥੇ ਉਹਨੂੰ ਅਪਡੇਟ ਕਰਦੇ ਹਾਂ। ਦੋਸਤੋ, ਇਹ ਸਨ ਸਾਡੇ ਮਹਿਮਾਨ ਡਾਕਟਰ ਰਾਜਵਿੰਦਰ ਸਿੰਘ। ਉਮੀਦ ਕਰ ਰਿਹਾ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਗੱਲਬਾਤ, ਇਹ ਮੁਲਾਕਾਤ ਚੰਗੀ ਲੱਗੀ ਹੋਏਗੀ। ਕੋਈ ਵੀ ਸੁਝਾਅ ਹੋਇਆ, ਕੋਈ ਰਾਏ ਹੋਈ, ਸਾਡੇ ਤੱਕ ਲਿਖ ਭੇਜਿਓ ਜਾਂ ਸਾਨੂੰ ਫੋਨ 'ਤੇ ਵੀ ਸਾਂਝੀ ਕੀਤੀ ਜਾ ਸਕਦੀ ਹੈ। ਸਮੇਂ ਦੀ ਸਮਾਪਤੀ ਹੋਣ ਜਾ ਰਹੀ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਕੱਲ੍ਹ ਫਿਰ ਮਿਲਾਂਗੇ, ਉਦੋਂ ਤੱਕ ਤੁਸੀਂ ਵੀ ਉਡੀਕਦੇ ਰਹੋ ਅਤੇ ਮੈਂ ਵੀ ਕੁਝ ਇਸ ਤਰ੍ਹਾਂ ਕਰਾਂਗਾ। ਅਤੇ ਹੁਣ ਦਵਿੰਦਰ ਸਿੰਘ ਬੈਨੀਪਾਲ ਨੂੰ ਆ ਗਿਆ ਦਿਓ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ। ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ, ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।